ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀਆਂ ਗੱਲਬਾਤਾਂ ਕਰਦੇ ਹਾਂ, ਜਿਸ ਦੇ ਵਿੱਚ ਤੁਸੀਂ ਵੀ ਭਾਗ ਲੈਂਦੇ ਹਾਂ ਕਿ ਸਿਹਤ ਨੂੰ ਕਿਵੇਂ ਠੀਕ ਰੱਖੀ, ਕਿਵੇਂ ਚੰਗੀਆਂ ਚੀਜ਼ਾਂ ਖਾ ਕੇ ਜਿਹੜਾ ਹੋਰ ਜਿਹੜੇ ਫੂਡ ਆ ਉਹਨਾਂ ਨੂੰ ਰੋਜ਼ ਨਾ ਖਾਈਏ, ਸਿਹਤ ਸਦਾ ਹੀ ਠੀਕ ਰਹੇ ਤਾਂ ਕਿ ਬਿਮਾਰ ਨਾ ਹੋਈਏ। ਪਰ ਜੇ ਕੋਈ ਛੋਟੀ ਮੋਟੀ ਬਿਮਾਰੀ ਲੱਗ ਵੀ ਗਈ ਆ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆਯੁਰਵੈਦਿਕ ਤਰੀਕੇ ਦੇ ਨਾਲ ਲੈਣੀਆਂ ਆ, ਉਹਨਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਠੀਕ ਹੋ ਸਕਦੇ ਆ, ਇਹ ਚੀਜ਼ਾਂ ਜਿਹੜੀਆਂ ਦੀ ਆਪਾਂ ਗੱਲ ਕਰਦੇ ਆ, ਇਹਨਾਂ ਨੂੰ ਤੁਸੀਂ ਰੋਜ਼ ਵੀ ਵਰਤ ਸਕਦੇ ਆ, ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਸਿਰਫ ਤੇ ਸਿਰਫ ਇਹਨਾਂ 'ਤੇ ਬਾਏ ਜਾਂ ਗਰਮੀ ਹੁੰਦੀ ਆ ਜਾਂ ਕਿਸੇ ਨੂੰ ਕਿਸੇ ਚੀਜ਼ ਤੋਂ ਐਲਰਜੀ ਆ, ਉਹੀ ਚੀਜ਼ਾਂ ਨਹੀਂ ਵਰਤਣੀਆਂ। ਇਹ ਤੁਹਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਤੁਸੀਂ ਵਰਤਦੇ ਹੋ। ਤੁਹਾਨੂੰ ਰਿਕੁਐਸਟ ਵੀ ਕਰਦੇ ਹਾਂ ਕਿ ਜਿਹੜੀਆਂ ਤੁਸੀਂ ਚੀਜ਼ਾਂ ਆ ਇਹ ਉਹਨਾਂ ਦੀ ਫੀਡਬੈਕ ਵੀ ਜ਼ਰੂਰ ਦਿਓ, ਉਹਨਾਂ ਦੀ ਗੱਲਬਾਤ ਆ ਜਿਹੜੀ ਉਹ ਜ਼ਰੂਰ ਦੱਸੋ। ਜਿਹੜੀ ਚੀਜ਼ ਤੋਂ ਅਸੀਂ ਕੋਈ ਚੀਜ਼ ਲਈ ਸੀ, ਜਦੋਂ ਉਹ ਤੁਸੀਂ ਦੱਸਦੇ ਹਾਂ ਕਿ ਮੈਂ ਆਹ ਲਈ ਸੀ ਤਾਂ ਮੈਨੂੰ ਆਰਾਮ ਆਇਆ ਸੀਗਾ, ਉਹ ਦੂਜਿਆਂ ਦਾ ਵੀ ਭਲਾ ਹੁੰਦਾ ਆ। ਸੋ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਭਲੇ ਦੇ ਕੰਮ ਦੇ ਵਿੱਚ ਜ਼ਰੂਰ ਤੁਸੀਂ ਵੀ ਹਿੱਸਾ ਪਾਵੋ, ਤੁਸੀਂ ਵੀ ਇਸ ਭਲੇ ਦੇ ਕੰਮ ਦੇ ਵਿੱਚ ਜ਼ਰੂਰ ਸਹਾਈ ਹੋਵੋ। ਕਾਲ ਕਰਨ ਦੇ ਲਈ ਨੰਬਰ 408-272-5200। ਆ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਲੋਕਾਂ ਨੂੰ, ਕੋਲੈਸਟ੍ਰੋਲ ਆ ਉਹ ਕੋਈ ਨਾ ਕੋਈ ਚੀਜ਼ ਲੈ ਤੇ ਹਟ ਜਾਂਦੀ ਆ, ਦੰਦ ਦਾੜਾਂ ਆ ਕਿਤੇ ਨਾ ਕਿਤੇ ਦਰਦ ਹੁੰਦੀ ਆ ਉਹਨਾਂ ਦੇ ਵਿੱਚ, ਕੁਛ ਨਾ ਕੁਛ ਉਹਦੇ ਤੋਂ ਲੈਂਦੇ ਹੈਗੇ ਆ, ਜਾਂ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਆ, ਉਹ ਤੁਸੀਂ ਆਹ ਚੀਜ਼ਾਂ ਬਣਾ ਕੇ ਲੈਂਦੇ ਆ। ਸਿਰਫ ਤੇ ਸਿਰਫ ਇਹਨਾਂ ਦਾ ਇਹ ਹੁੰਦਾ ਕਿ ਲੌਕ ਕਿਵੇਂ ਕਰਨੀਆਂ ਆ ਚੀਜ਼ਾਂ, ਇਹਨਾਂ ਨੂੰ ਇਕੱਠੀਆਂ ਕਰਕੇ ਕਿਹੜੀ ਕਿਹੜੀ ਚੀਜ਼ ਨੂੰ ਲੈਣਾ ਹੈ, ਉਹੀ ਇਹਦੇ ਵਿੱਚ ਬਹੁਤ ਤੋਂ ਵੱਡਾ ਜਿਹੜਾ ਸੀਕਰਟ ਹੁੰਦਾ ਆ। ਉਹ ਵੀ ਆਪੇ ਜਿੱਥੋਂ ਤੁਸੀਂ ਦਵਾਈ ਪੈਸਿਆਂ ਦੀ ਲੈਣ ਜਾਂਦੇ ਆ, ਉਹ ਤਾਂ ਜਿਨ੍ਹਾਂ ਨੇ ਕੰਮ ਕੀਤਾ ਉਹਨੇ ਪੈਸੇ ਤਾਂ ਤੁਹਾਡੇ ਲੈਣੇ ਆ, ਉਹਦੇ ਵਿੱਚ ਮੈਨੂੰ ਕੋਈ ਨਹੀਂ ਹੈਗਾ ਕਿ ਪੈਸੇ ਲੈਂਦੇ ਆ, ਪਰ ਉਹ ਚੀਜ਼ਾਂ ਇਹੀ ਹੁੰਦੀਆਂ ਬਹੁਤੀਆਂ। ਤਾਂ ਹੋ ਸਕਦਾ ਕਿ ਦੋ ਚਾਰ ਚੀਜ਼ਾਂ ਹੋਰ ਵੀ ਪਾ ਦਿੰਦੇ ਹੋਣਗੇ ਜਾਂ ਕਿਸੇ ਚੀਜ਼ ਨੂੰ ਮਨਫੀ ਕਰ ਲੈਂਦੇ ਹੋਣਗੇ, ਇਹ ਉਹੀ ਚੀਜ਼ਾਂ ਹੁੰਦੀਆਂ। ਸੋ ਆਪਾਂ ਤੁਹਾਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜ਼ਰੂਰ ਸ਼ੇਅਰ ਕਰੋ ਜੇ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ। ਆਮ ਹੀ ਸ਼ੂਗਰ ਦੀ ਬਿਮਾਰੀ ਆ, BP ਦੀਆਂ ਆ, ਇਹ ਜਿਹੜੀਆਂ ਹਟ ਜਾਂਦੀਆਂ ਪੈਸੇ ਬਿਮਾਰੀਆਂ ਨਹੀਂ। ਅਤੇ ਇੱਕ ਹੋਰ ਤੁਹਾਨੂੰ ਪੁੱਛਿਆ ਜਾਂਦਾ ਕਿ ਬਹੁਤ ਸਾਰੇ ਲੋਕ ਆ ਉਹਨਾਂ ਦੀ ਕੰਪਲੇਨ ਆ ਕਿ ਵੈਕਸੀਨ ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਦੇ ਕੁਛ ਨਾ ਕੁਛ ਜਿਹੜਾ ਨਾ ਉਹ ਨਵੇਂ ਤਰੀਕੇ ਦਾ ਹੀ ਹੋ ਰਿਹਾ। ਵੈਸੇ ਆਰਥਰਾਈਟਸ ਤਾਂ ਬਹੁਤ ਸਾਰੇ ਲੋਕਾਂ ਨੂੰ ਹੋਏ ਆ, ਸੋ ਉਸ ਦਾ ਵੀ ਇਲਾਜ ਜੇ ਕਿਸੇ ਨੂੰ ਪਤਾ ਹੋਵੇ ਤਾਂ ਤੁਸੀਂ ਦੱਸ ਸਕਦੇ ਹਾਂ। 408-272-5200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਪੁੱਛਣਾ ਸੀ, ਮੇਰੀ ਫਰੈਂਡ ਆ, ਉਹਨੂੰ ਨਾ ਵੀ ਕੱਲ੍ਹ ਡਾਕਟਰ ਨੇ ਦੱਸਿਆ ਉਹਨੂੰ ਗਠੀਆ ਵਾ ਬਹੁਤ ਜ਼ਿਆਦਾ ਜੀ। ਉਹ ਤਾਂ ਸਵੇਰ ਨੂੰ ਬੈੱਡ ਤੋਂ ਉੱਠ ਵੀ ਨਹੀਂ ਹੁੰਦਾ, ਉਹਦੇ ਮੋਢੇ ਲੱਤਾਂ ਸਾਰੀ ਬਾਡੀ ਐਂ ਟਾਈਟ ਹੋ ਜਾਂਦੀ ਆ। ਇੱਥੇ ਆ? ਹਾਂਜੀ, ਜੇ ਕਿਸੇ ਭੈਣ ਭਰਾ ਨੂੰ ਏਦਾਂ ਹੈਪਨ ਹੋਇਆ ਹੋਵੇ ਤਾਂ ਕੋਈ ਜ਼ਰੂਰ ਦੱਸੇ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਮੈਂ ਤਾਂ ਇਹੀ ਗੱਲ ਕੀਤੀ ਸੀਗੀ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਗਠੀਏ ਦੀ ਸ਼ਿਕਾਇਤ ਆ, ਉਹਨਾਂ ਦੇ ਹੱਥ ਪੈਰ ਮੁੜ ਜਾਂਦੇ ਆ, ਹੱਥ ਨਹੀਂ ਸਿੱਧੇ ਹੁੰਦੇ। ਸੋ ਇਸ ਤੋਂ ਜੇ ਕਿਸੇ ਨੇ ਕੁਛ ਲਿਆ ਹੋਇਆ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਸ਼ੇਅਰ ਕਰ ਸਕਦੇ ਹਾਂ, ਦੱਸ ਸਕਦੇ ਹਾਂ ਕਿ ਤੁਸੀਂ ਕੀ ਲਿਆ ਸੀਗਾ, ਤੁਹਾਨੂੰ ਗਠੀਏ ਤੋਂ ਆਰਾਮ ਆਇਆ। ਵੈਸੇ ਬਹੁਤੀ ਵਾਰੀ ਦੱਸਿਆ ਵੀ ਜਾਂਦਾ ਆ ਕਿ ਗਠੀਏ ਤੋਂ ਕਿਹਨੇ ਕੀ ਲਿਆ ਸੀਗਾ, ਸੋ ਉਹਦੇ ਬਾਰੇ ਗੱਲਾਂ ਬਾਤਾਂ ਦੱਸੀਆਂ ਜਾਂਦੀਆਂ। ਅਤੇ ਇਸ ਵਿੱਚ ਕੋਈ ਡਾਕਟਰ ਨਹੀਂ ਹੈਗਾ ਵੈਸੇ ਸਾਡੇ ਕੋਲ, ਵੈਸੇ ਆਮ ਇਹ ਜਿਹੜੀਆਂ ਚੀਜ਼ਾਂ ਬਹੁਤੀਆਂ ਲਈਆਂ ਜਾਂਦੀਆਂ ਆ ਉਹਦੇ ਬਾਰੇ ਗੱਲ ਹੁੰਦੀ ਹੈ। ਨਰਿੰਦਰ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਮਗਾਂ ਕਿੱਦਾਂ ਲਈ ਦੀਆਂ ਜਾਂ ਜਿਹੜੀਆਂ ਰੇਸ਼ਾ ਵਗੈਰਾ ਤੋਂ ਲਈ? ਹਾਂ, ਕਾਹਦੇ ਤੋਂ ਲੈਣੀਆਂ ਸੀ? ਰੇਸ਼ਾ ਤੋਂ? ਹਾਂਜੀ। ਅੱਛਾ, ਐਲੋਵੇਰਾ ਜੂਸ ਵੀ ਦੱਸਿਆ ਗਿਆ ਸੀਗਾ ਮਗਾਂ, ਇਹਨਾਂ ਨੇ ਪੁੱਛਿਆ ਹੈਗਾ ਕਿ ਖੰਘ ਤੋਂ ਰੇਸ਼ਾ ਤੋਂ ਲੈਣੀ ਆ, ਉਹ ਮਗਾਂ ਆ ਜਿਹੜੀਆਂ ਉਹ ਕਿਵੇਂ ਲੈਣੀਆਂ ਆ। ਆ ਮੇਰੇ ਖਿਆਲ ਕਾਲੀਆਂ ਕਾਲੀਆਂ ਹੁੰਦੀਆਂ, ਲੰਮੀਆਂ ਲੰਮੀਆਂ, ਉਹਨਾਂ ਦੀ ਗੱਲਬਾਤ ਕਰਦੇ ਆ। ਤੇ ਜੇ ਤੁਹਾਨੂੰ ਪਤਾ ਹੈ ਤੇ ਤੁਸੀਂ ਜ਼ਰੂਰ ਦੱਸ ਦਿਓ ਜੀ। ਸਰਜੀਤ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਤੁਹਾਨੂੰ ਇੱਕ ਰੈਮਡੀ ਵਾਪਸ ਦੇਣੀ ਸੀਗੀ, ਜਿੱਦਾਂ ਇੱਕ ਭਾਈ ਸਾਹਿਬ ਜੀ ਨੇ ਕਿਹਾ ਸੀਗਾ ਜਿੱਦਾਂ ਆਰਟਿਕਾ ਕਿੰਗ ਜਿਹੜੀ ਮੈਡੀਸਨ ਸੀਗੀ, ਹਾਂਜੀ, ਤੇ ਕੋਈ ਉਹਦੇ ਬਾਰੇ ਦੱਸ ਨਹੀਂ ਰਿਹਾ, ਤੇ
ਮੈਂ ਆਪਣੇ ਮਾਸੀ ਜੀ ਨੂੰ ਲੈ ਕੇ ਦਿੱਤੀ ਸੀਗੀ। ਮੇਰੇ ਮਾਸੀ ਜੀ ਨੂੰ ਜਿੱਦਾਂ ਗਠੀਆ ਹੋ ਗਿਆ ਸੀਗਾ ਤੇ ਮੰਜੇ ਤੇ ਹੀ ਸੀਗੇ, ਬਹੁਤ ਪੇਨ ਉਹਨਾਂ ਦੇ ਹੁੰਦੀ ਹੁੰਦੀ ਸੀਗੀ। ਹਾਂਜੀ, ਤੇ ਉਹਨਾਂ ਨੇ ਇਹ ਯੂਜ਼ ਕੀਤੀ ਆ, ਜਿੱਦਾਂ ਉਹਨਾਂ ਨੂੰ ਬਹੁਤ ਜ਼ਿਆਦਾ ਗਠੀਆ ਵਧਿਆ ਹੋਇਆ ਮੰਜੇ ਤੇ ਸੀਗੇ ਤੇ ਉਹ ਸਵੇਰ ਨੂੰ ਦੋ ਲੈਂਦੇ ਆ ਤੇ ਇੱਕ ਰਾਤ ਨੂੰ ਸੌਣ ਲੱਗੇ ਲੈਂਦੇ ਆ ਤੇ ਉਹਨਾਂ ਦੀਆਂ ਹੱਡੀਆਂ ਵੀ ਸਿੱਧੀਆਂ ਹੋਣ ਲੱਗ ਪਈਆਂ, ਹੱਥ ਪੈਰ ਵੀ ਸਿੱਧੇ ਹੋਣ ਲੱਗ ਪਏ ਤੇ ਵਾਕਰ ਤੋਂ ਬਿਨਾਂ ਹੁਣ ਤੁਰਨ ਵੀ ਲੱਗ ਪਏ, ਤਾਂ ਵਾਕ ਕਰਨ ਵੀ ਜਾਂਦੇ ਆ ਤੇ ਇਸ ਸੰਡੇ ਗੁਰਦੁਆਰੇ ਵੀ ਵਾਕਰ ਤੋਂ ਬਿਨਾਂ ਹੀ ਗਏ। ਅੱਛਾ, ਹਾਂਜੀ, ਤੁਸੀਂ ਐ ਕਰੋ, ਆ ਹੁਣੇ ਪੁੱਛ ਕੇ ਗਏ ਆ, ਸਪੈਲਿੰਗ ਬੋਲ ਦੋ ਉਹਦੇ, ਉਹ ਆਪੇ ਮੰਗਵਾ ਲੈਣਗੇ। ਤੁਹਾਡੀ ਇੱਥੇ ARTE ਏਦਾਂ ਕੁਛ, ARTE 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 CIA KING, ਇਹ ਆਪਣੇ ਮਿਲਦੀ ਆ ਮਸੀਹਾਂ ਦੇ ਸਟੋਰ ਤੋਂ ਕਹਿੰਦੇ। ਇਹ ਦੱਸੀ ਸੀਗੀ ਕਾ ਤੋਂ ਗਠੀਏ ਤੋਂ? ਹਾਂਜੀ, ਜੋੜਾਂ ਦੇ ਦਰਦ ਤੋਂ ਦੱਸੀ ਸੀਗੀ ਉਹਨਾਂ ਨੂੰ ਗਠੀਏ ਤੋਂ, ਫਿਰ ਉਹਦੇ ਕਰਕੇ ਦਿੱਤੀ ਸੀ, ਪੇਨ ਬਹੁਤ ਹੁੰਦੀ ਸੀਗੀ ਤੇ ਉਹਨਾਂ ਨੂੰ ਪੇਨ ਤੋਂ ਆਰਾਮ ਆ ਗਿਆ, ਉੱਠ ਕੇ ਤੁਰਨ ਲੱਗ ਪਏ। ਅੱਛਾ ਅੱਛਾ, ਮਸੀਕਿਆਂ ਦੇ ਗਰੋਸਰੀ ਸਟੋਰਾਂ ਤੋਂ ਜਾਂ ਕੋਈ ਇਦਾਂ ਦੇ, ਇਹਨਾਂ ਦੇ ਵੀ ਹੈਗੇ ਦੇਸੀ ਸਟੋਰ? ਆਮ ਜਿੱਦਾਂ ਮੈਡੀਸਨ ਵਾਲੀ ਸ਼ਾਪ ਜਿੱਦਾਂ ਉੱਥੇ ਮੈਡੀਸਨ ਨਹੀਂ ਜ਼ਿਆਦਾ ਆ ਜਿੱਦਾਂ ਉਹਨਾਂ ਦੇ। ਅੱਛਾ, ਹਾਂਜੀ, ਇਹ ਆਰਟਿਕਾ ਕਹਿੰਦੇ ਆ ਭੈਣ ਜੀ, ਇਹ ਨਾ ਸ਼ੁਰੂ ਹੁੰਦੀ ਆ। ਅੱਛਾ ਅੱਛਾ, ਕੋਈ ਨਹੀਂ, ਫਿਰ ਕੋਈ ਨਾ ਕੋਈ ਲਿਖਾ ਦਊਗਾ। ਹਾਂਜੀ ਹਾਂਜੀ, ਮੈਂ ਕਿਹਾ ਸੀ ਦੱਸਾਂ, ਜਿੱਦਾਂ ਇੱਕ ਭਾਈ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਦੱਸਿਆ ਵੀ ਕੋਈ ਵਾਪਸ ਦੱਸ ਨਹੀਂ ਰਿਹਾ ਜਿੱਦਾਂ, ਤੇ ਸਾਨੂੰ ਤਾਂ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ। ਉਹ ਤਾਂ ਪੇਨ ਕਿਲਰਾਂ ਇੰਨੀਆਂ ਖਾਂਦੇ ਹੁੰਦੇ ਸੀਗੇ ਜਿੱਦਾਂ ਬਹੁਤ ਜ਼ਿਆਦਾ, ਉਹਨਾਂ ਨਾਲ ਕੋਈ ਆਰਾਮ ਨਹੀਂ ਸੀ ਉਹਨਾਂ ਨੂੰ ਆਉਂਦਾ ਹੁੰਦਾ। ਚਲੋ ਠੀਕ ਆ, ਭਾਈ ਸਾਹਿਬ ਵੀ ਸ਼ਾਇਦ ਲਿਖਾ ਦੇਣਗੇ। ਹਾਂਜੀ, ਹੋ ਸਕਦਾ ਉਹ ਨਾ ਲਿਖਾ ਦੇਣਗੇ, ਉਦਾਂ ਪੰਜਾਬੀ ਚ ਤਾਂ ਆਰਟਿਕਾ ਕਹਿੰਗੇ ਆ ਜਿੱਦਾਂ। ਠੀਕ ਹੈ ਜੀ, ਠੀਕ ਹੈ, ਉੱਥੇ ਉਹਨਾਂ ਨੂੰ ਬੋਲ ਕੇ ਦੱਸ ਦੇਣ। ਹਾਂ ਠੀਕ ਹੈ, ਹਾਂਜੀ, ਓਕੇ ਜੀ, ਹਾਂ, ਥੈਂਕ ਯੂ ਜੀ, ਥੈਂਕ ਯੂ। ਤੇ ਅੱਜ ਲਾਈਨਸ ਬਹੁਤ ਡਰੋਪ ਹੋਈਆਂ ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹਾਂ 4082725200। ਗੱਲ ਕੀ ਆ ਕਿ ਜਦੋਂ ਇਹ ਚੀਜ਼ਾਂ ਦੱਸੀਆਂ ਜਾਂਦੀਆਂ, ਦੱਸ ਦਿੱਤੀਆਂ ਜਾਂਦੀਆਂ, ਕੋਈ ਟ੍ਰਾਈਬ ਕਰਦਾ ਦੱਸਦਾ ਆ, ਕੋਈ ਘਰ 'ਚ ਬੈਠਾ ਹੁੰਦਾ ਜਾਂ ਕਿਸੇ ਤਰ੍ਹਾਂ ਵੀ ਕੋਈ ਦੱਸਦਾ ਆ, ਉਹ ਆਪਣਾ ਟਾਈਮ ਲਾ ਕੇ ਰਿਸਰਚ ਕਰਕੇ ਸਾਨੂੰ ਦੱਸ ਤਾਂ ਦਿੰਦੇ ਆ, ਪਰ ਗੱਲ ਉਹ ਹੈਗੀ ਆ ਕਿ ਆਪਾਂ ਲਿਖਦੇ ਨਹੀਂ ਗੇ, ਆਪਾਂ ਲੈਂਦੇ ਨਹੀਂ ਗੇ ਉਸ ਚੀਜ਼ ਨੂੰ। ਤੁਹਾਨੂੰ ਲਿਖਣੀਆਂ ਵੀ ਚਾਹੀਦੀਆਂ ਆ ਅਤੇ ਫਿਰ ਤੁਹਾਨੂੰ ਫੀਡਬੈਕ ਵੀ ਇਹਨਾਂ ਨੇ ਦਿੱਤੀ ਆ। ਅਤੇ ਮਸੀਕਿਆਂ ਦੇ ਹੁਣ ਕੈਲੀਫੋਰਨੀਆ ਦੇ ਵਿੱਚ ਤਾਂ ਬਹੁਤ ਸਟੋਰ ਹੈਗੇ ਆ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਸਕਦੇ ਆ, ਪੁੱਛ ਸਕਦੇ ਆ ਕਿਸੇ ਨੂੰ ਅਤੇ ਉੱਥੋਂ ਜਾ ਕੇ ਤੁਸੀਂ ਲੈ ਆਓ ਬੇਸ਼ੱਕ ਕਿ ਆਹ ਚੀਜ਼ ਸਾਨੂੰ ਚਾਹੀਦੀ ਆ। 4082725200 ਇਹਨਾਂ ਨੇ ਹੁਣ ਥੋੜ੍ਹਾ ਜਿਹਾ ਹੈਂਟ ਜਿਹਾ ਆਪਾਂ ਨੂੰ ਦੇ ਦਿੱਤਾ ਆ, ਅਤੇ ਸ਼ਾਇਦ ਦੇਖਦੇ ਹਾਂ ਜਿਨ੍ਹਾਂ ਨੇ ਦੱਸਿਆ ਸੀਗਾ ਉਹ ਮੁੜ ਕੇ ਸਾਨੂੰ ਲਿਖਾ ਜਾਣ, ਅਤੇ ਬਹੁਤ ਵਧੀਆ ਆ। ਬਲਵੀਰ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਸਹਿੰਦੇ ਲੂਣ ਦੀ ਨਿਸ਼ਾਨੀ ਕੀ ਆ? ਲਿਖਿਆ ਹੀ ਹੁੰਦਾ ਉਹਦੇ ਤੇ? ਨਹੀਂ, ਮੈਨੂੰ ਭਾਬੀ ਮੇਰੀ ਪੁੱਛਦੀ, ਮੈਂ ਕਿਹਾ ਮੈਨੂੰ ਆਪ ਨਹੀਂ ਪਤਾ। ਇੱਦਾਂ ਨਹੀਂ ਲੂਣ ਰੱਖੇ ਹੁੰਦੇ, ਇਹ ਤੇ ਅਮਰੀਕਾ ਦੇ ਵਿੱਚ ਤਾਂ ਜਿਹੜਾ ਵੀ ਲੂਣ ਆਉਂਦਾ ਆ ਨਾ ਉੱਤੇ ਲਿਖਿਆ ਹੁੰਦਾ ਬਲੈਕ ਸਾਲਟ, ਸਿੰਧਾ ਲੂਣ ਲਿਖਿਆ ਹੁੰਦਾ ਆ। ਨਹੀਂ ਨਹੀਂ, ਕਾਲੇ ਲੂਣ ਦਾ ਵੀ ਪਤਾ ਵੀ ਕਾਲਾ ਲੂਣ ਆ, ਉਹ ਤੇ ਲਿਖਿਆ ਆ ਕਾਲਾ ਲੂਣ ਪੰਜਾਬੀ ਚ, ਤੇ ਉਹ ਮੈਂ ਲੈ ਕੇ ਆਉਂਦਾ ਸੀ। ਤੇ ਜਿਹੜਾ ਸਹਿੰਦਾ ਲੂਣ ਆ, ਉਹ ਜਿਹੜਾ ਦੂਜਾ ਪਿੰਕ ਲੂਣ ਆ, ਉਹਦਾ ਵੀ ਪਤਾ ਆ, ਜਿਹੜਾ ਸਹਿੰਦਾ ਲੂਣ ਇਹਦਾ ਨਹੀਂ ਪਤਾ, ਇਹਦੀ ਕੀ ਨਿਸ਼ਾਨੀ? ਇਹ ਹੁਣ ਤੁਸੀਂ ਸਟੋਰ ਤੇ ਜਾਓਗੇ ਉਹਨਾਂ ਨੂੰ ਕਿਉਂ ਸਹਿੰਦਾ ਲੂਣ ਲੈਣਾ ਆ, ਉਹ ਤੇ ਲਿਖਿਆ ਹੁੰਦਾ, ਮੈਂ ਲੈ ਕੇ ਆਈ ਉਹ ਤੇ ਲਿਖਿਆ ਹੋਇਆ, ਰੰਗ ਉਹਦਾ ਵੀ ਕਾਲਾ ਪਿੰਕ ਜਿਹਾ ਹੀ ਆ। ਅੱਛਾ, ਉਹ ਗੁਲਾਬ, ਹਾਂਜੀ, ਗੁਲਾਬੀ ਜਿਹਾ ਆ, ਹਾਂਜੀ। ਭਾਬੀ ਪੜ੍ਹੀ ਲਿਖੀ ਨਹੀਂ, ਆਪ ਪੜ੍ਹਨ ਦੀ ਤਾਂ ਜ਼ਰੂਰ ਨਹੀਂ ਹੁੰਦੀ, ਸਟੋਰ ਵਾਲੇ ਨੂੰ ਕਹਿ ਦੋ ਜਾ ਪੜ੍ਹ ਕੇ ਦਊਗਾ। ਤੁਹਾਡੇ ਲਾਗੇ ਰਹਿੰਦੇ ਯੂਨੀਵਰਸਿਟੀ, ਇੱਥੇ ਤਾਂ ਕਿਹਾ ਵੀ ਇਹ ਤਾਂ ਹੱਬ ਆ ਹਰੇਕ ਚੀਜ਼ ਦਾ। ਹਾਂਜੀ ਹਾਂਜੀ, ਤੇ ਫਿਰ ਮੈਂ ਕਿਹਾ ਚਲੋ ਫਿਰ ਦੱਸ ਦੂੰਗੀ, ਪੁੱਛੂਗੀ, ਤੁਹਾਨੂੰ ਦੱਸ ਦਊਂਗੀ। ਓਕੇ ਬਲਵਿੰਦਰ, ਥੈਂਕ ਯੂ ਜੀ, ਥੈਂਕ ਯੂ। ਸੁਖਵਿੰਦਰ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਜਿਹੜੀਆਂ ਗੋਲੀਆਂ ਉਹ ਥਰੈਟਸ ਤੋਂ ਕਹਿੰਦੇ ਸੀ ਨਾ, ਮੈਂ ਉਹਨਾਂ ਨੂੰ ਤੁਹਾਡਾ ਨਾਮ ਦੱਸਣਾ ਉਹਨਾਂ ਦਾ। ਅੱਛਾ ਅੱਛਾ, ਤੁਸੀਂ ਵੀ ਲਈਆਂ ਸੀ? ਨਹੀਂ ਲਈਆਂ ਨਹੀਂ ਜੀ, ਸਾਨੂੰ ਕਿਸੇ ਨੇ ਮੈਸੇਜ ਭੇਜਿਆ ਸੀ। ਅੱਛਾ ਅੱਛਾ, ਅਸੀਂ ਠੀਕ ਠਾਕ ਆ, ਸਾਨੂੰ ਵੈਸੇ ਨਾ ਹੀ ਲਵੋ ਤਾਂ ਵਧੀਆ ਆ। ਹਾਂਜੀ, ਅੱਛਾ ਜੀ, ਉਹ ਜੀ ਤਾਂ ਨਾ ਤਿੰਨ ਵੱਖਰੇ ਵੱਖਰੇ ਆ, ਉਹ ਜਿੱਦਾਂ ਉਹਨਾਂ ਦੇ ਨਾਂ ਉੱਪਰ ਏਦਾਂ ਏਦਾਂ ਲਿਖਿਆ, ARTRI, ਹਾਂਜੀ, ਤੇ ਗੱਬੇ ਤੇ ਲਿਖਿਆ ਏ ਜੇ ਓ ਵੱਡਾ ਕਰਕੇ ਆ, ਉਹ ਜਿੱਦਾਂ ਆਲੇ ਦੁਆਲੇ ਛੋਟਾ ਛੋਟਾ ਲਿਖਿਆ ਆ।
ਠੀਕ ਹੈ ਇਹ ਜੇ ਉਹ ਵੱਡਾ ਲਿਖਿਆ ਆ ਠੀਕ ਹੈ ਤੇ ਥੱਲੇ ਲਿਖਿਆ ਆ ਕਿੰਗ ਅੱਛਾ ਥੱਲੇ ਲਿਖਿਆ ਕਿੰਗ ਹਾਂਜੀ ਜੇ ਤਾਂ ਪਹਿਲਾਂ ਆਰਟਰੀ ਤੇ ਇਹ ਜੇ ਉਹ ਤੇ ਫੇ ਕੇ ਆਈ ਐਨ ਜੀ ਕਿੰਗ ਹਾਂਜੀ ਠੀਕ ਆ ਆਰਟਰੀ ਆ ਜੋ ਕਿੰਗ ਲਿਖਿਆ ਆ ਹਾਂਜੀ ਹਾਂਜੀ ਫੇ ਲਿਖਿਆ ਐਨ ਰੀਅਨ ਪੋਸਟ ਵਿਦ ਨੈਟਲ ਐਂਡ ਓਮੇਗਾ 3 ਅੱਛਾ ਓਮੇਗਾ 3 ਆ ਠੀਕ ਆ ਹਾਂਜੀ ਰੀਇਨਫੋਰਸਡ ਵਿਦ ਨੈਟਲ ਐਂਡ ਓਮੇਗਾ 3 ਇਹ ਤਾਂ ਲਿਖਿਆ ਆ ਤੇ 100 ਕਾਊਂਟ ਦੀਆਂ ਹੁੰਦੀਆਂ ਮੈਨੂੰ ਲੱਗਦਾ 100 ਗੋਲੀਆਂ ਇੱਕ ਵਿੱਚ ਅੱਛਾ ਇਹ ਗੋਲੀਆਂ ਹੈ ਕੈਪਸੂਲ ਨਹੀਂ ਹੈ ਨਾ ਇਹਨਾਂ ਨੇ ਉਹਨਾਂ ਨੇ ਲਿਖਿਆ ਆ ਨੈਟ ਕਾਊਂਟ 100 ਮੈਨੂੰ ਇਹ ਨਹੀਂ ਪਤਾ ਕਿਉਂਕਿ ਮੈਂ ਲਈਆਂ ਨਹੀਂ ਮੈਨੂੰ ਬਲਵਿੰਦਰ ਮੈਂ ਜਿਹੜਾ ਲੇਡੀਜ਼ ਨੂੰ ਆਮ ਹੋ ਜਾਂਦਾ ਨਕੋਰੀਆ ਉਹਦੇ ਬਾਰੇ ਪੁੱਛਣਾ ਸੀ ਨਕੋਰੀਆ ਹਾਂਜੀ ਠੀਕ ਹੈ ਜੀ ਕਿਸੇ ਨੂੰ ਪਤਾ ਹੋਵੇ ਹਾਂ ਪਹਿਲਾਂ ਤਾਂ ਬਹੁਤ ਦੱਸਦੇ ਹੁੰਦੇ ਸੀ ਫੇਰ ਸ਼ਾਇਦ ਸਾਰਿਆਂ ਨੂੰ ਆਰਾਮ ਆ ਗਿਆ ਹੋ ਸਕਦਾ ਹਾਂਜੀ ਚਲੋ ਓਕੇ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ 408-272-5250 ਸਾਲ ਲਕੂਰੀਆ ਤਾਂ ਬਹੁਤ ਵਾਰੀ ਦੱਸਿਆ ਗਿਆ ਆ ਕਿਉਂਕਿ ਆਮ ਜਿਹੀ ਬਿਮਾਰੀ ਹੈਗੀ ਆ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦੀ ਆ ਰਿਸ਼ਪਾਲ ਕੌਰ ਜੀ ਹਾਂਜੀ ਮੈਂ ਇਹੀ ਦੱਸਣਾ ਸੀ ਜਿਹੜੀ ਗਠੀਏ ਦੀ ਬਿਮਾਰੀ ਆ ਹਾਂਜੀ ਇੱਕ ਮਗਾ ਤੇ ਕਾਲੀਆਂ ਮਿਰਚਾਂ ਹਾਂਜੀ ਤੇ ਇੱਕ ਮਨੱਕਾ ਠੀਕ ਆ ਇਹ ਬਰਾਬਰ ਬਰਾਬਰ ਤਿੰਨੇ ਲੈ ਕੇ ਤਾਂ ਮਨੱਕੇ ਦੇ ਬੀਜ ਕੱਢ ਕੇ ਗੋਲੀਆਂ ਬਣਾ ਲੈਣੀਆਂ ਹਾਂਜੀ ਜਿੰਨੀਆਂ ਕ ਆਪ ਨੂੰ ਪਚਣ ਦਿੰਦੇ ਇੱਕ ਇੱਕ ਗੋਲੀ ਖਾ ਲੈਣੀ ਰੋਜ਼ ਦੀ ਹਾਂ ਥੋੜੇ ਮਹੀਨਾ ਠਹਿਰ ਕੇ ਖਾ ਲੈਣਾ ਜੇ ਗਰਮੀ ਆ ਜੇ ਗਰਮੀ ਖੋਰਾ ਸੁਭਾਅ ਆ ਤੇ ਵੈਸੇ ਠੰਡੀਆਂ ਚੀਜ਼ਾਂ ਖਾਣ ਨੂੰ ਤਾਂ ਕਹਿੰਦੇ ਨਹੀਂ ਹਾਂਜੀ ਹਾਂਜੀ ਇਹਨਾਂ ਨਾਲ ਠੀਕ ਹੋ ਜਾਂਦਾ ਬੰਦਾ ਮੈਂ ਤਾਂ ਆਪ ਖਾਧੀਆਂ ਸੀ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਹੜਾ ਗੱਠੀ ਵਾਲਾ ਬੰਦਾ ਨਾ ਉਹਨੂੰ ਕਹਿੰਦੇ 22 ਚੀਜ਼ਾਂ ਨਹੀਂ ਖਾਣੀਆਂ ਦਹੀਂ ਲੱਸੀ ਇੱਦਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਕਹਿੰਦੇ ਆ ਪਰ ਜਿਹਨਾਂ ਦਾ ਉਹ ਬਾਏ ਖੁਰਾ ਸੁਭਾਅ ਆ ਅੱਜ ਕੱਲ੍ਹ ਗਰਮੀ ਬਹੁਤ ਹੈ ਜਿੱਥੇ ਜਿੱਥੇ ਗਰਮੀ ਹੈਗੀ ਆ ਪਰ ਕੋਸ਼ਿਸ਼ ਕਰਿਆ ਕਰੋ ਕਿ ਥੋੜ੍ਹੀ ਬਹੁਤੀ ਗਰਮ ਚੀਜ਼ ਤੁਸੀਂ ਖਾਂਦੇ ਰਿਹਾ ਕਰੋ ਜਿਹਨਾਂ ਨੂੰ ਗਠੀਆ ਆ ਗਰਮੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਮੈਂ ਧਰਨ ਦਾ ਇਲਾਜ ਪੁੱਛਣਾ ਧਰਨ ਦਾ ਇਲਾਜ ਹਾਂਜੀ ਚਲੋ ਪੁੱਛ ਲੈਂਦੇ ਹਾਂ ਕਈ ਡਾਕਟਰ ਬੈਠੇ ਆ ਓਕੇ ਜੀ ਥੈਂਕ ਯੂ ਧਰਨ ਆਪਣੀ ਆਪ ਕਿਵੇਂ ਕੱਢਣੀ ਵੈਸੇ ਦੱਸਿਆ ਤਾਂ ਹੋਇਆ ਆ ਜੇ ਕੋਈ ਦੁਬਾਰਾ ਦੱਸਦਾ ਕਈ ਵਾਰੀ ਉਹ ਜਿਸ ਤਰ੍ਹਾਂ ਦੱਸਦੇ ਆ ਨਾ ਕਈ ਵਾਰ ਬੰਦੇ ਨੂੰ ਕੋਈ ਵੀ ਇਲਾਜ ਆ ਆਪਣੇ ਆਪ ਕਰਨਾ ਫਿਜ਼ੀਕਲੀ ਜਿਹੜਾ ਨਾ ਉਹ ਔਖਾ ਹੁੰਦਾ ਆ ਅਤੇ ਜੇ ਤੁਹਾਨੂੰ ਪਤਾ ਆ ਕੋਈ ਸੌਖਾ ਜਿਹਾ ਇਲਾਜ ਹੈਗਾ ਕਿ ਤੁਸੀਂ ਆਪਣੇ ਆਪ ਇਹ ਕਰ ਸਕਦੇ ਆ ਤਾਂ ਫਿਰ ਤੁਸੀਂ ਦੱਸ ਸਕਦੇ ਤਾਂ ਕਿ ਜਿਹੜੀ ਇਹ ਧਰਨ ਪੈਂਦੀ ਆ ਤੁਹਾਨੂੰ ਕੋਈ ਲੱਭਣਾ ਨਾ ਪਵੇ ਕਈ ਵਾਰੀ ਇਹੋ ਜਿਹੇ ਹਿੱਸੇ 'ਚ ਤੁਸੀਂ ਰਹਿੰਦੇ ਹੁੰਦੇ ਨਾ ਤੁਹਾਨੂੰ ਕੋਈ ਮਿਲਦਾ ਨਹੀਂ ਗਾ ਜਿਹੜਾ ਤੁਹਾਡੀ ਧਰਨ ਕੱਢਦਾ ਜੇ ਡਾਕਟਰਾਂ ਕੋਲ ਧਰਨ ਲਈ ਜਾਈ ਜਾਂਦੇ ਨਾ ਉਹਨਾਂ ਨੂੰ ਕੁਛ ਨਹੀਂ ਪਤਾ ਤੁਹਾਨੂੰ ਗੋਲੀਆਂ ਦੇਈ ਜਾਂਦੇ ਆ ਇੱਥੇ ਅਮੈਰੀਕਨ ਡਾਕਟਰਾਂ ਦੀ ਮੈਂ ਗੱਲ ਕਰਦੇ ਹਾਂ ਦੇਵੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹਾਂਜੀ ਭੈਣ ਜੀ ਮੇਰੀ ਬੇਟੀ ਆ ਵਿਆਹੀ ਦੋ ਬੱਚੇ ਆ ਉਹਦੇ ਹਾਂਜੀ ਉਹਨੂੰ 3 ਵੀਕਾਂ ਬਾਅਦ ਮਹੀਨਾ ਆ ਜਾਂਦਾ ਜੀ ਵੀ ਉਹਦੇ ਬਾਰੇ ਇੱਕ ਕਮਜ਼ੋਰੀ ਬਹੁਤ ਆ ਤਾਂ ਫਿਰ ਉਹਦੇ ਲੱਕ 'ਚ ਵੀ ਦਰਦ ਹੁੰਦਾ ਰਹਿੰਦਾ ਹੈਗਾ ਵੀ ਕੀ ਖਾਵੇ ਉਹ ਠੀਕ ਆ ਜੀ ਤੇ ਹਾਂਜੀ ਦੂਜਾ ਮੇਰਾ ਕੁਐਸਚਨ ਇਹ ਆ ਵੀ ਜਿੱਦਾਂ ਮੇਰਾ ਦੋਤਾ ਆ 8 ਸਾਲ ਦਾ ਹੈਗਾ ਆ ਵੀ ਜਾਣੀ ਉਹ ਬੋਲਦਾ ਤਾਂ ਹੈਗਾ ਮੈਂ ਆਪਣੇ ਆਪ ਕੁਛ ਨਹੀਂ ਮੰਗਦਾ ਹੈਗਾ ਅੱਛਾ ਦਵਾਈਆਂ ਬਹੁਤ ਇਹਦੇ ਥੱਕ ਗਏ ਹੈਗੇ ਆ ਤਾਂ ਜਾਣੀ ਆਪਣੇ ਆਪ ਬੋਲਦਾ ਨਹੀਂ ਵੀ ਕੋਈ ਚੀਜ਼ ਖਾਣੀ ਆ ਜਾਂ ਮੈਂ ਭੁੱਖਾ ਆ ਜਾਂ ਕਿੱਦਾਂ ਕਿੱਦਾਂ ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਭੈਣ ਭਾਈ ਨੂੰ ਕੋਈ ਦੱਸੇ ਹੈਗਾ ਵੀ ਬਹੁਤ ਪਰੇਸ਼ਾਨ ਵਾ ਸਕੂਲੇ ਜਾਂਦਾ ਹਾਂਜੀ ਸਕੂਲੇ ਜਾਂਦਾ ਜੀ ਉੱਥੇ ਤਾਂ ਠੀਕ ਆ ਸਕੂਲੇ ਜਾਂਦਾ ਜੀ ਜਾਣੀ ਆਪਣੇ ਆਪ ਖਾ ਕੇ ਤੋਰਨਾ ਪੈਂਦਾ ਆਪਣੇ ਆਪ ਨਿੱਜੀ ਚੀਜ਼ ਮੰਗਦਾ ਹੈਗਾ ਆ ਕਣਕ ਤੋਂ ਐਲਰਜੀ ਆ ਉਹ ਚੀਜ਼ ਦਿੰਦੇ ਨੀ ਹੈਗੀ ਜਿਹੜੀ ਐਲਰਜੀ ਵਾਲੀ ਹੈਗੀ ਹਾਂਜੀ
ਜਾਣੀ ਓਦਾਂ ਬਹੁਤ ਪਛਾਣ ਕਰਦਾ ਹੈਗਾ ਜਾਣੀ ਏਦਾਂ ਹੀ ਆ ਵੀ ਜਾਣੀ ਇਹ ਆ ਵੀ ਕੋਈ ਭੁੱਖ ਲੱਗ ਜਾਵੇ ਜਾਂ ਕੋਈ ਚੀਜ਼ ਲੈਣੀ ਹੋਵੇ ਗਾਰਾ ਨਹੀਂ ਦਿੰਦਾ ਜੇ ਆਪਾਂ ਕੋਈ ਗੱਲ ਦਾ ਜਵਾਬ ਨਹੀਂ ਦਿੰਦਾ ਮੋਹਰੇ ਠੀਕ ਆ ਜੇ ਆਪਾਂ ਪੁੱਛਦੇ ਆ ਵੀ ਆਹ ਗੱਲ ਵਾ ਕੋਈ ਜਵਾਬ ਨਹੀਂ ਦਿੰਦਾ ਹੈਗਾ ਮੋਹਰੇ ਠੀਕ ਆ ਹਾਂਜੀ ਹਾਂਜੀ ਬਸ ਭੈਣ ਭਾਈ ਨੂੰ ਥੈਂਕ ਯੂ ਭੈਣ ਜੀ ਥੈਂਕ ਯੂ ਜੀ ਥੈਂਕ ਯੂ ਨਾ ਬੋਲਦੇ ਹੁਣ ਲਈ ਤਾਂ ਲਾਜ ਦੱਸ ਕੇ ਗਏ ਸੀ ਪਿੱਛੇ ਕੈਂਚੀ ਲੈ ਕੇ ਉਹਨੂੰ ਧੋ ਕੇ ਸੱਤ ਵਾਰੀ ਫੇਰ ਪਲਾਉਣੀ ਆ ਪਰ 8 ਸਾਲ ਦਾ ਬੱਚਾ ਹੋਰ ਗੱਲਾਂ ਤਾਂ ਕਰਦਾ ਖਾਣ ਨੂੰ ਨਹੀਂ ਮੰਗਦਾ ਹੈਗਾ ਕਈ ਵਾਰ ਫਿਕਰ ਹੀ ਹੋ ਜਾਂਦਾ ਆ ਅਤੇ ਉਹ ਵੀ ਜੇ ਕਈ ਵਾਰ ਬੱਚੇ ਸਲੋਅ ਹੁੰਦੇ ਆ ਉਹਨੂੰ ਤੇਜ਼ ਕਿਵੇਂ ਕਰ ਸਕਦੇ ਹਾਂ ਜੀ ਅਮਰਜੀਤ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਪਹਿਲੀ ਵਾਰ ਫੋਨ ਕੀਤਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ ਆਇਆਂ ਨੂੰ ਹਾਂਜੀ ਹਾਂਜੀ ਮੈਂ ਦੱਸਣਾ ਸੀ ਜਿੱਦਾਂ ਮੈਂ ਪਿਛਲੇ ਮੰਗਲਵਾਰ ਸੁਣਿਆ ਸੀ ਪਤਾ ਨਹੀਂ ਤੇ ਉਦਣ ਦੱਸਦਾ ਸੀ ਕੋਈ ਪੁੱਛਦਾ ਸੀ ਵੀ ਉਹਨਾਂ ਦੇ ਬਲੱਡ ਆਉਂਦਾ ਬੈਥਰੂਮ ਵਾਲੇ ਥਾਂ ਮੇਰੇ ਆਉਂਦਾ ਸੀ ਜਿੱਦਾਂ ਉਹਨਾਂ ਨੂੰ ਕਿਹਾ ਕਿ ਜਿਹੜੀ ਵੈਸਲੀਨ ਹੁੰਦੀ ਆ ਮੇਰੇ ਡਾਕਟਰਾਂ ਨੂੰ ਪਤਾ ਨਹੀਂ ਸੀ ਲੱਗਦਾ ਜਿੱਦਾਂ ਮੈਂ ਬਹੁਤ ਇਲਾਜ ਕਰਾਇਆ ਸੀ ਹਟਦਾ ਨਹੀਂ ਸੀ ਬਲੱਡ ਆਉਂਦਾ ਸੀ ਬੈਥਰੂਮ ਵਾਲੇ ਥਾਂ ਟੋਲਟ ਜਦੋਂ ਮੈਨੂੰ ਆਉਂਦੀ ਸੀ ਬਹੁਤ ਆਉਂਦਾ ਸੀ ਜਿਹੜੀ ਵੈਸਲੀਨ ਹੁੰਦੀ ਆ ਨਾ ਹਾਂਜੀ ਉਹ ਰੋਜ਼ ਜਿੰਨੀ ਵਾਰ ਬੈਥਰੂਮ ਜਾਂਦੇ ਉਨੀ ਵਾਰ ਧੋ ਕੇ ਲਾਉਣ ਬੈਥਰੂਮ ਤੇ ਬਾਅਦ ਵਿੱਚ ਵੀ ਜਿੱਦਾਂ ਲਾਈ ਜਾਣ ਹਟਣ ਨਾ ਫਿਰ ਜਿੱਦਾਂ ਇੱਕ ਵਾਰ ਨਹਾ ਕੇ ਲਾ ਲਿਆ ਜਦੋਂ ਠੀਕ ਹੋ ਗਏ ਫਿਰ ਨਹਾ ਕੇ ਇੱਕ ਵਾਰ ਲਾ ਲਿਆ ਕਰਨ ਠੀਕ ਹੈ ਹਾਂਜੀ ਉਹਨਾਂ ਬਹੁਤ ਛੇਤੀ ਆਰਾਮ ਆਉਂਦਾ ਹੈ ਵੈਸਲੀਨ ਦੇ ਨਾਲ ਮੈਨੂੰ ਮੈਂ ਜਾਂ ਮਿਰਚ ਨਾ ਬਾਹਲੀ ਖਾਣ ਲਾਲ ਮਿਰਚ ਤੇ ਲਸਣ ਘੱਟ ਖਾਣ ਠੀਕ ਹੈ ਹਾਂਜੀ ਮੈਨੂੰ ਮੈਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਪਰ ਮੈਨੂੰ ਆਰਾਮ ਆਉਣ ਠੀਕ ਹੈ ਜੀ ਕਿਸੇ ਨੇ ਇੰਡੀਆ ਤੋਂ ਦੱਸਿਆ ਸੀ ਕਿਸੇ ਨੇ ਓਕੇ ਜੀ ਹਾਂਜੀ ਥੈਂਕ ਯੂ ਭੈਣ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਕਿਸੇ ਇਲਾਜ ਦਾ ਪਤਾ ਹੁੰਦਾ ਤਾਂ ਤੁਸੀਂ ਵੀ ਜ਼ਰੂਰ ਪਲੀਜ਼ ਸ਼ੇਅਰ ਕਰ ਲਿਆ ਕਰੋ 408-272-5200 ਸਟੂਡੀਓ ਦਾ ਫੋਨ ਨੰਬਰ ਆ ਜਦੋਂ ਤੁਸੀਂ ਸ਼ੇਅਰ ਕਰੋਗੇ ਤੁਸੀਂ ਭਲਾ ਕਰ ਰਹੇ ਹੋਗੇ ਨਰਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਭੈਣ ਜੀ ਉਹਨਾਂ ਦੱਸਿਆ ਸੀ ਉਹਨਾਂ ਨੇ ਗਠੀਏ ਦਾ ਦਿੱਤਾ ਆ ਲਿਖਾਇਆ ਆ ਸਪੈਲਿੰਗ ਹਾਂਜੀ ਉਹ ਲਿਖਿਆ ਸਾਰਾ ਤੇ ਇਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਮਿਲਣੀ ਕਿੱਥੋਂ ਹੈ ਦਵਾਈ ਮਸੀਕੀਆਂ ਦੇ ਸਟੋਰ ਹੁੰਦੇ ਜਿੱਦਾਂ ਆਪਣੇ ਹੁੰਦੇ ਨਾ ਦੇਸੀ ਦੇਸੀ ਦਵਾਈਆਂ ਹਾਂਜੀ ਕਈਆਂ ਨੇ ਪਾਈਆਂ ਆ ਦੁਕਾਨਾਂ ਉਹਨਾਂ ਦੇ ਵੀ ਹੋਣੇ ਮਸੀਕੀਆਂ ਦੇ ਵੀ ਹੋਣੇ ਆ ਤੁਹਾਡੇ ਏਰੀਏ 'ਚ ਵੀ ਹੋਣਾ ਆ ਇਹਨੇ ਗੱਲ ਨਹੀਂ ਇਹਨੇ ਦੱਸੀ ਵੀ ਇਹ ਦਵਾਈ ਮਿਲਣੀ ਕਿੱਥੋਂ ਆ ਮਸੀਕੀਆਂ ਦੇ ਸਟੋਰ ਤੋਂ ਮਿਲਣੀ ਆ ਅੱਛਾ ਪਤਾ ਕਰ ਲੈਣੇ ਆ ਫਿਰ ਹਨਾ ਹਾਂਜੀ ਹਾਂਜੀ ਜਾਂ ਮਤਲਬ ਜੇ ਫੇਰ ਉਹ ਭੈਣ ਜੀ ਸੁਣ ਆਮ ਨਹੀਂ ਮਿਲਣੀ ਕਿਤੇ ਉਹ ਵੀ ਤੁਹਾਨੂੰ ਆਮ ਨਹੀਂ ਮਿਲਣੀ ਮਸੀਕੀਆਂ ਦੇ ਮਿਲੋਗੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਕਈ ਚੀਜ਼ਾਂ ਹੁੰਦੀਆਂ ਆ ਕਿ ਉਹ ਆਪਾਂ ਨੂੰ ਸਿਰਫ ਤੇ ਸਿਰਫ ਇੰਡੀਅਨ ਸਟੋਰ ਤੋਂ ਮਿਲਦੀਆਂ ਆ ਕਈ ਚੀਜ਼ਾਂ ਹੁੰਦੀਆਂ ਕਈ ਚਾਈਨੀਜ਼ ਤੋਂ ਮਿਲਦੀਆਂ ਆ ਕਈ ਚੀਜ਼ਾਂ ਆ ਉਹ ਮਕਸੀਕੀਆਂ ਤੋਂ ਵੀ ਮਿਲਦੀਆਂ ਕਿਉਂਕਿ ਉਹ ਆਪਾਂ ਆਪਣੀ ਕੰਟਰੀ ਦਾ ਆਪੋ ਆਪਣੀਆਂ ਜਿਹੜੀਆਂ ਨਾ ਕਾਰਡ ਕੱਢੀ ਹੁੰਦੀ ਆ ਉਹ ਹੁੰਦੀ ਹੈਗੀ ਆ ਕਈ ਵਾਰੀ ਤੁੰਮੇ ਦੀ ਜੁਆਇਣ ਬਣਾਈ ਹੋ ਆ ਉਹ ਹੁਣ ਤੁਹਾਨੂੰ ਗੋਰਿਆਂ ਤੋਂ ਨਹੀਂ ਮਿਲਣੀ ਇਹ ਪੰਜਾਬੀ ਨੇ ਬਣਾ ਕੇ ਰੱਖੀ ਹੋਊਗੀ 408-272-5200 ਬਲਵਿੰਦਰ ਕੌਰ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਆ ਦੱਸ ਦਿੰਦੇ ਹੁਣੇ ਕਿੱਥੇ ਮਿਲੂਗੀ ਆ ਵੀਕਐਂਡ ਇਹ ਬਾਲਮਾਰਟ ਤਾਂ ਮਿਲੂਗੀ ਅੱਛਾ ਉਹਦੇ ਵੀ ਹੈਗੀ ਆ ਹਾਂਜੀ ਬਾਲਮਾਰਟ ਤੇ ਆ ਇਹਦੇ ਹੈਲਥ ਫੂਡ ਸਟੋਰ ਆ ਜਿਹੜੇ ਹੁੰਦੇ ਆ ਉੱਥੋਂ ਵੀ ਮਿਲਦੀ ਆ ਐਮਾਜ਼ੋਨ ਤੋਂ ਵੀ ਪਿਓਰ ਮਿਲਦੀ ਆ ਉੱਥੋਂ ਵੀ ਮਿਲਦੀ ਆ ਤੇ ਹਾਂਜੀ ਇਹ ਤੇ ਆਲਟਰੀ ਕੰਗ ਲਿਖਿਆ ਹੋਊਗਾ ਇਹ ਜੋ ਵੀ ਹੋ ਸਕਦਾ ਵਿੱਚ ਵਿਚਾਰੇ ਕਈ ਥਾਈ ਉਹ ਮੈਂ ਹੁਣੇ ਹੀ ਸਰਚ ਕੀਤਾ ਸੁਣਦੇ ਸੁਣਦੇ ਤੇ ਪਹਿਲਾਂ ਵੀ ਮੈਂ ਦੇਖਿਆ ਇਹਦੇ ਬਾਰੇ ਆਪਣੀ ਆਰਟਰੀ ਹੁੰਦੀ ਆ ਕੈਂਗ ਕੈਂਜੀ ਕੈਂਗ ਉਹ ਵਿੱਚ ਨਾ ਉਹ ਕੋਈ ਸਪਲੀਮੈਂਟ ਹੀ ਆ ਉਹਦਾ ਬ੍ਰਾਂਡ ਹੀ ਆ ਮਤਲਬ ਬਾਲਮਾਰਟ ਚੋ ਲੈ ਸਕਦੇ ਆ ਐਮਾਜ਼ੋਨ ਤੋਂ ਲੈ ਸਕਦੇ ਆ ਹੈਲਥ ਫੂਡ ਸਟੋਰ ਤੋਂ ਲੈ ਸਕਦੇ ਆ ਠੀਕ ਹੈ ਹਾਂਜੀ ਤੇ ਬਾਕੀ ਆ ਜਿਹਨੂੰ ਕਿਹਾ ਸੀ ਬੱਚਾ ਬੋਲਦਾ ਨੀ ਹੈਗਾ ਉਹ ਨਾ ਅਸ਼ਵਗੰਧਾ ਦੇਣ ਬੱਚੇ ਨੂੰ ਚੌਥਾ ਕਿੱਸਾ ਪਾ ਲੈਣ ਚਮਚੇ ਦਾ ਮਤਲਬ ਥੋੜਾ ਦੇਣ ਤੇ ਮਿਸਰੀ ਗ੍ਰਾਇੰਡ ਕਰਕੇ ਮਿਸਰੀ ਦੇ ਵਿੱਚ ਮਿਲਾ ਕੇ ਦੇ ਦੇਣ ਤੇ ਹਾਂਜੀ ਤੇ ਜਾਂ ਜਿਹੜੀ ਹਮੀਰਾ ਅੱਗੇ ਦੱਸੀ ਸੀ ਆਪਾਂ ਨੂੰ
ਅੱਖਾਂ ਤੋਂ ਲੱਕੜ ਦੱਸੀ ਸੀ ਮੀਰਾ ਇਹ ਮਿਲ ਜਾਂਦੀ ਆ ਆਨਲਾਈਨ ਪਾਊਡਰ ਮਿਲ ਜਾਂਦਾ ਇਹਦਾ ਇਹ ਦਿਮਾਗ ਦੇ ਲਈ ਵੀ ਬੱਚਿਆਂ ਦੇ ਲਈ ਬਹੁਤ ਵਧੀਆ ਇਹ ਮੈਂ ਪੜਿਆ ਹੋਇਆ ਇਹਦੇ ਬਾਰੇ ਤੇ ਹਾਂਜੀ ਇਹ ਥੋੜਾ ਜਿਹਾ ਚੌਥਾ ਕਿੱਸਾ ਇਹ ਵੀ ਮੰਗਾ ਸਕਦੇ ਹੋ ਆਨਲਾਈਨ ਤੋਂ ਚਲ ਆਸ਼ੂਗੰਧਾ ਈਜੀ ਆ ਆਸ਼ੂਗੰਧਾ ਦੇ ਦੇਣ ਤੇ ਉਹ ਬੱਚਾ ਕੰਸਟਰੇਟ ਨੀ ਕਰਦਾ ਹੋਰ ਬੋਲਦਾ ਹਾਂਜੀ ਹੋਰ ਨੀ ਉਹ ਕੰਸਟਰੇਟ ਨੀ ਕਰਦਾ ਉਹ ਆਸ਼ੂਗੰਧਾ ਦੇਣ ਸਭ ਤੋਂ ਈਜੀ ਆ ਠੀਕ ਹੈ ਜੀ ਹਾਂਜੀ ਓਕੇ ਜੀ ਫਿਰ ਜੇ ਕੋਈ ਹੋਰ ਹੋਇਆ ਤਾਂ ਫਿਰ ਬਾਕੀ ਨਾ ਉਹ ਸੱਚ ਮੈਂ ਜਿਹੜਾ ਦੱਸਣਾ ਸੀ ਚੌਥੀ ਚੀਜ਼ ਖਸਤਾ ਪਾ ਆ ਜਿਹੜਾ ਕਿਸੇ ਨੇ ਤਿੰਨ ਚੀਜ਼ਾਂ ਦੱਸੀਆਂ ਨਾ ਮਗਾਂ ਕਾਲੀ ਮਿਰਚ ਮਨੱਕੇ ਖਸਖਸ ਉਹ ਮੈਂ ਤਾਂ ਇਹ ਸੁਣਿਆ ਸੀਗਾ ਬਾਕੀ ਮੈਨੂੰ ਰਾਊਂਡ ਫਿਗਰ ਯਾਦ ਨੀ ਹੈ ਕਿੰਨੀ ਆ ਤੇ ਉਹ ਮਗਾਂ ਤੇ ਕਾਲੀਆਂ ਮਿਰਚਾਂ ਘੱਟ ਸੀਗੀਆਂ ਮਨੱਕੇ ਤੇ ਖਸਖਸ ਜ਼ਿਆਦਾ ਸੀ ਜੇ ਨੂੰ ਕੁਆਂਟਿਟੀ ਐਗਜੈਕਟਲੀ ਪਤਾ ਹੋਊਗੀ ਉਹ ਦੱਸ ਦੂਗਾ ਤੇ ਮੈਨੂੰ ਐਗਜੈਕਟਲੀ ਕੁਆਂਟਿਟੀ ਨੀ ਪਤਾ ਪਰ ਮੈਨੂੰ ਇੰਨਾ ਪਤਾ ਵੀ ਉਹ ਜ਼ਿਆਦਾ ਸੀ ਚੌਥੀ ਚੀਜ਼ ਖਸਖਸ ਆ ਅੱਛਾ ਜੀ ਠੀਕ ਆ ਹਾਂਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਆ ਜੀ ਇੱਦਾਂ ਹੀ ਤੁਸੀਂ ਭਲੇ ਵਾਲੇ ਕੰਮ ਦੇ ਵਿੱਚ ਕਾਲ ਕਰਕੇ ਭਾਈ ਦੱਸਦੇ ਰਿਹਾ ਕਰੋ ਕਈ ਲੋਕ ਅੜੀਕਦੇ ਰਹਿੰਦੇ ਆ ਕਿ ਕੋਈ ਜਾਣਾ ਆਣ ਕੇ ਸਾਨੂੰ ਇਸ ਬਿਮਾਰੀ ਬਾਰੇ ਦੱਸੂਗਾ ਦੱਸ ਦਿਆ ਕਰੋ ਕੁਛ ਨਹੀਂ ਜਾਂਦਾ ਜੇ ਤੁਹਾਡੇ ਕੋਲ ਕੁਛ ਵੀ ਹੁੰਦਾ ਆ ਤਾਂ ਉਹਦੇ ਸ਼ੇਅਰ ਕਰਨ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ 408-272-5500 ਸਟੂਡੀਓ ਦਾ ਫੋਨ ਨੰਬਰ ਆ ਆਪਾਂ ਹੁਣ ਇੱਕ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਆ ਕਾਲ ਕਰਕੇ ਤੁਸੀਂ ਜੇ ਕੋਈ ਇਲਾਜ ਦੱਸਣਾ ਆ ਜਾਂ ਤੁਸੀਂ ਪੁੱਛਣਾ ਆ ਉਹ ਦੱਸ ਪੁੱਛ ਸਕਦੇ ਹਾਂ ਇੱਕ ਪੰਜਾਬੀ ਰੇਡੀਓ ਜਿਵਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਿਵਾਸੇ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਇਲਾਜ ਪੁੱਛਦੇ ਹੋ ਦੱਸਦੇ ਹੋ ਡਾਕਟਰ ਸਾਡੇ ਕੋਲ ਹੁੰਦਾ ਨਹੀਂ ਤੁਸੀਂ ਡਾਕਟਰ ਹੋ ਤੁਸੀਂ ਮਰੀਜ਼ ਹੋ ਪਰ ਜਿਹੜੀ ਫੀਡਬੈਕ ਆ ਉਹ ਜ਼ਰੂਰ ਦਿਆ ਕਰੋ ਕਿਉਂਕਿ ਕਈ ਵਾਰੀ ਤੁਸੀਂ ਚੀਜ਼ ਵਰਤ ਲੈਂਦੇ ਆ ਅਤੇ ਹੋਰਨਾਂ ਨੂੰ ਬਹੁਤ ਫਾਇਦਾ ਹੁੰਦਾ ਆ ਵੈਸੇ ਚੀਜ਼ਾਂ ਉਹੀ ਹੁੰਦੀਆਂ ਜਿਨ੍ਹਾਂ 'ਤੇ ਕੋਈ ਬਹੁਤਾ ਤੁਹਾਡੇ 'ਤੇ ਮਾੜਾ ਅਸਰ ਨਹੀਂ ਹੁੰਦਾ ਆਪਣਾ ਤੁਸੀਂ ਜ਼ਰੂਰ ਦੇਖਣਾ ਕਿ ਤੁਹਾਨੂੰ ਬਾਏ ਗਰਮੀ ਦਾ ਨਹੀਂ ਜਾਂ ਕਿਸੇ ਚੀਜ਼ ਤੋਂ ਐਲਰਜੀ ਆ ਹੋਰ ਕੁਛ ਨਹੀਂ ਹੈਗਾ 408-272-5500 ਚਲਦੇ ਤੁਹਾਡੀਆਂ ਕਾਲਜ ਵੱਲ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਬੀਸ ਲਾਪਰਵਾਹ ਤੇਜਿੰਦਰ ਸਿੰਘ ਗਿੱਲ ਸੁਰਿੰਦਰ ਸਿੰਘ ਕੰਗ ਬੇਕਰਸਵੇਲ ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮਾਂਗਟ ਓਹਾਇਓ ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਲਕ ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੇਰੀ ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ ਕਲਵੰਤ ਸਿੰਘ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਅਲਗਰੋਵ ਕਰਮਜੀਤ ਸਿੰਘ ਸੁਖਵਿੰਦਰ ਕੌਰ ਲਵਿੰਸਟਨ ਬਹਾਦਰ ਸਿੰਘ ਗਿੱਲ ਜਿਨ੍ਹਾਂ ਦਾ ਫੋਨ ਨੰਬਰ 5594920513 ਹੋਮਿਓਪੈਥੀ ਦਾ ਇਲਾਜ ਕਰਦੇ ਨੇ ਹਰਮਿੰਦਰ ਸਿੰਘ ਜੀ ਚੁੱਪ ਫਰੈਸਨੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਆਪ ਸਭ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ 408-272-5500 ਸਟੂਡੀਓ ਦਾ ਫੋਨ ਨੰਬਰ ਆ ਚੱਲਦੇ ਹਾਂ ਥੋੜ੍ਹੀਆਂ ਕਾਲਸ ਵੱਲ ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਬੈਂਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਮੈਂ ਅੱਗੇ ਵੀ ਪੁੱਛਿਆ ਸੀਗਾ ਮੇਰੀ ਬਾਂਹ ਦੇ ਸੱਟ ਲੱਗੀ ਸੀ ਮੈਂ ਡਿੱਗ ਪਈ ਸੀ ਜੀ ਤਾਂ ਮੈਂ ਉਹ ਇਲਾਜ ਕੀਤਾ ਪਰ ਮੈਨੂੰ ਫਰਕ ਨਹੀਂ ਪਿਆ ਮੇਰੀ ਬਾਂਹ ਉਦਾਂ ਹੀ ਆਕੜੀ ਹੋਈ ਆ ਜਿੱਦਾਂ ਪਰ ਐਮ ਆਰ ਆਈ ਕਰਾਈ ਉਹਦੇ ਵਿੱਚ ਵੀ ਆਇਆ ਵੀ ਮਾਸ ਫਟਿਆ ਹੋਇਆ ਜਾਂ ਸੋਜ ਆ ਵਿੱਚ ਅੱਛਾ ਜੇ ਹੋਰ ਕਿਸੇ ਭੈਣ ਜੀ ਨੂੰ ਪਤਾ ਹੋਵੇ ਤਾਂ ਮੈਨੂੰ ਦੱਸੇ ਹੋਰ ਕੋਈ ਇਲਾਜ ਜਿੱਦਾਂ ਕਦੋਂ ਦੀ ਲੱਗੀ ਹੋਈ ਸੱਟ ਇਹ ਮਈ ਦੀ ਲੱਗੀ ਹੋਈ ਆ ਹਾਂ ਥੋੜਾ ਟਾਈਮ ਤਾਂ ਲਊਗਾ ਜੇ ਮਾਸ ਫਟਿਆ ਤਾਂ ਪੁੱਛ ਲੈਨੇ ਆ ਹੋਰ ਹੋਰ ਕੀ ਕਰ ਸਕਦੇ ਆ ਜੀ ਸਤਿੰਦਰ ਜੀ ਮੇਰਾ ਪੋਤਾ ਹੈਗਾ 13 ਸਾਲ ਦਾ ਉਹਦੀ ਸਾਰੀ ਬੈਕ ਮੋਢੇ ਤੇ ਮੱਥਾ ਸਾਰਾ ਕੁੰਸੀਆਂ ਨਾਲ ਥੋੜੀ ਭਰੀ ਪਈ ਆ ਜਿਵੇਂ ਨਾ ਜਿਹੜੇ ਗੁੰਮੜ ਜੇ ਬਣ ਗਏ ਛੋਟੇ ਛੋਟੇ ਜੇ ਜਿਵੇਂ ਕਿ ਚੂੰਡਿਆਂ ਦੇ ਦਾਣੇ ਜਿੰਨੇ ਬਣੇ ਪਏ ਨੇ ਮੋਢਿਆਂ ਦੇ ਉੱਤੇ ਤੇ ਕੋਈ ਦੇਸੀ ਇਲਾਜ ਕਿਸੇ ਭੈਣ ਨੂੰ ਪਤਾ ਹੋਵੇ ਜ਼ਰੂਰ ਦੱਸੇ ਅਸੀਂ ਬਹੁਤ ਦੂਜੇ ਸਟੀਰੋਇਡ ਦੇਈ ਜਾਂਦੇ ਹਾਂ ਉਹਨਾਂ ਨਾਲ ਬੱਚੇ ਦੀ ਬਹੁਤ ਸਕਿਨ ਖਰਾਬ ਹੋ ਰਹੀ ਹੈ ਕਾਲੀ ਹੋ ਰਹੀ ਹੈ ਤੇ ਛਾਤੀ ਤੇ ਵੀ ਹੈਗੇ ਨੇ 8-10 ਦਾਣੇ ਮੱਥਾ ਭਰਿਆ ਪਿਆ ਥੋੜੀ ਭਰੀ ਪਈ ਆ ਬੈਕ ਮੋਢੇ ਸਾਰੇ ਭੈਣ ਜੀ ਕੋਈ ਦੱਸੋ ਸਾਨੂੰ ਕੋਈ ਦੇਸੀ ਇਲਾਜ ਕਦੋਂ ਦੇ ਆ ਇੱਦਾਂ ਇਹ ਹੋ ਗਏ ਜੀ 5-6 ਮਹੀਨੇ ਹੋ ਗਏ
ਠੀਕ ਹੈ, ਜਿਹੜੀ ਤੁਸੀਂ ਦਵਾਈ ਲੈ ਕੇ ਆਉਂਦੇ ਹੋ ਸਟੀਰੋਇਡ ਹੁੰਦੀ ਹੈ, ਉਹ ਨਸਕ ਨਾ ਕਲਰ ਚੇਂਜ ਹੁੰਦਾ, ਆਪਾਂ ਹੋਰ ਕਿਸੇ ਨੂੰ ਪੁੱਛ ਲੈਂਦੇ ਹਾਂ। ਹਾਂਜੀ ਭੈਣ ਜੀ, ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ। ਵੈਸੇ ਤਾਂ ਸਾਨੂੰ ਕਈ ਸਾਲਾਂ ਤੋਂ ਦੱਸ ਰਹੇ ਹਾਂ ਵੀ ਤੁਸੀਂ ਨਿਆਣਿਆਂ ਸਿਆਣਿਆਂ ਲਈ ਕੀ ਬਣਾ ਕੇ ਰੱਖਣਾ ਘਰੇ ਜਿਹਦਾ ਕੋਈ ਨੁਕਸਾਨ ਨਾ ਹੋਵੇ, ਥੋੜ੍ਹੇ ਜਿਹਾ ਟਾਈਮ ਲੱਗਦਾ, ਆਰਾਮ ਆ ਜਾਂਦਾ। ਮਨਦੀਪ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਮੈਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਆ। ਅੱਛਾ, ਨੀਂਦ ਆਉਂਦੀ ਆ? ਲੋਕਾਂ ਤੋਂ ਆਉਂਦੀ ਨਹੀਂ? ਰੱਬ ਕਰੇ ਸਾਰਿਆਂ ਨੂੰ ਆਵੇ, ਲੋਕੀ ਤਾਂ ਮੰਗਦੇ ਨੀਂਦ ਆਵੇ। ਚਲੋ ਤੁਹਾਡਾ ਵੀ ਪੁੱਛਦੇ। ਹਾਂਜੀ, ਮੈਂ ਆਉਂਦੀ ਵਾ, ਜਿੱਦਾਂ ਮੇਰਾ ਕੁਛ ਕਰ ਰਹੇ ਹੋ, ਦਿਲ ਨੀ ਕਰਦਾ, ਸਰੀਰ ਚ ਜਾਨ ਨੀ ਹੈਗੀ, ਲੇਜ਼ੀ ਲੇਜ਼ੀ ਜਿਹਾ ਰਹਿੰਦੇ। ਠੀਕ ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਮੈਨੂੰ ਯਾਦ ਕੁਛ ਸਾਲ ਪਹਿਲਾਂ ਕੁਛ ਨਾ ਸ਼ਾਇਦ ਸੌਂਫ ਦੇ ਨਾਲ ਕੁਛ ਪਤਾ ਨਹੀਂ ਕੀ ਕਿਸੇ ਨੂੰ ਕੁਛ ਉਬਾਲ ਕੇ ਪੀਣ ਨੂੰ ਦੱਸਿਆ ਸੀਗਾ। ਆਪਾਂ ਰਿਕੁਐਸਟ ਹੀ ਕਰ ਸਕਦੇ ਹਾਂ ਵੀ ਜੇ ਤੁਹਾਨੂੰ ਯਾਦ ਹੈ ਤਾਂ ਤੁਸੀਂ ਦੱਸ ਦਿਓ ਜੀ। ਸੁਰਿੰਦਰ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤੁਹਾਨੂੰ ਪੁੱਛਣਾ, ਇੱਕ ਬੀਬੀ ਨੇ ਬਲਵਿੰਦਰ ਕੌਰ ਦੱਸੀਆਂ ਸੀ ਅਨਾਰਦਾਨਾ, ਦੋ ਚੀਜ਼ਾਂ ਮੈਨੂੰ ਭੁੱਲ ਗਈਆਂ ਉਸ ਤੋਂ ਤੇਜ਼ਾਬ ਤੋਂ। ਅੱਛਾ, ਦੂਜਾ ਮੇਰਾ ਐਕਸਰਾ ਅਸੀਂ ਕਰਾਇਆ, ਅੱਗੇ ਇੱਥੇ ਵੀ ਕਰਾਏ ਸੀ ਪਰ ਉੱਥੇ ਕਰਾਇਆ, ਉਹ ਐਕਸਰੇ ਦੇ ਵਿੱਚ ਦੋ ਮਣਕੇ ਆ, ਮਾੜੀ ਮਾੜੀ ਘੁਰੀ ਹੋਊਗਾ, ਉਹਨਾਂ ਲਈ ਮੈਂ ਕੀ ਕਰ ਸਕਦੀ, ਕੀ ਵਰਤ ਸਕਦੀ ਜ਼ਰੂਰ ਜੀ ਦੱਸਿਓ ਪਲੀਜ਼। ਠੀਕ ਹੈ ਜੀ। ਇੱਕ ਮੈਂ ਚੂਨਾ ਕਹਿੰਦੇ ਨਾ ਹੱਡੀਆਂ ਤੋਂ, ਉਹ ਇੱਕ ਦੋ ਵਾਰੀ ਲਿਆ, ਉਹ ਏਦਾਂ ਕਹਿ ਦਿਨ ਛੱਡ ਕੇ ਲੈ ਸਕਦੇ, ਉਹ ਵੀ ਕੋਈ ਦੱਸ। ਠੀਕ ਹੈ, ਠੀਕ ਹੈ, ਠੀਕ, ਥੈਂਕ ਯੂ ਜੀ। ਅਗਲੇ ਕਾਲ ਨੇ ਤਰਸੇਮ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇਹ ਜਿਹੜੀ ਹੈ ਨਾ ਦਵਾਈ ਆਲਟਰੀ ਕਿੰਗ ਬਾਰੇ ਦੱਸਿਆ, ਹੁਣ ਬਲਵਿੰਦਰ ਭੈਣ ਜੀ ਨੂੰ ਫੇਰ ਦੱਸਿਆ। ਹਾਂਜੀ, ਹੈ ਨਾ, ਇਹ ਦੋ ਕੁ ਮਹੀਨੇ ਪਹਿਲਾਂ ਵੀ ਕਿਸੇ ਸੀ, ਪਹਿਲੀ ਵਾਰੀ ਇੱਕ ਭੈਣ ਨੇ ਬਈ ਉਹਦੇ ਨਾਲ ਲੱਤਾਂ ਹੱਟ ਗਈਆਂ, ਗੋਡਿਆਂ ਨੂੰ ਵੀ ਮਤਲਬ ਫਰਕ ਪਿਆ, ਤੇ ਮੈਂ ਵੀ ਆਪਣੇ ਬੇਟੇ ਨੂੰ ਕਿਹਾ, ਮੇਰਾ ਵੀ ਗੋਡਾ ਸੱਜਾ ਬਹੁਤ ਦੁਖਦਾ, ਮੈਂ ਆਪਣੇ ਛੋਟੇ ਬੇਟੇ ਨੂੰ ਕਿਹਾ ਮੇਰੀ ਆਲਟਰੀ ਕਿੰਗ ਗੋਲੀ ਆ, ਬਾਲਮਾਰ ਤੋਂ ਬਿਲ ਮਿਲਦੀ ਆ, ਵੀ ਜੇ ਤੇ ਕਿੰਗ ਲਿਖਿਆ ਹੋਵੇ ਉਹ ਗੋਲੀ। ਅੱਛਾ, ਮੁੰਡੇ ਨੇ ਆਰਡਰ ਕਰ ਦਿੱਤੀ, ਤਾਂ ਉਹ ਮੈਂ ਜਦੋਂ ਖਾ ਲਈ ਇਹਨਾਂ, ਤਾਂ ਭੈਣ ਜੀ ਉਹ ਮੈਨੂੰ ਥੋੜਾ ਫਰਕ ਲੱਗਾ, ਮੈਂ ਕਿਹਾ ਫਰਕ, ਜਦੋਂ ਉਹ ਬੋਤਲ ਮੁੱਕ ਗਈ ਤਾਂ ਮੈਂ ਮੁੰਡੇ ਨੂੰ ਕਿਹਾ ਹੋਰ ਮੰਗਾ ਦੇ, ਉਹਨੇ ਅੱਛਾ ਕਹਿੰਦਾ ਠੀਕ ਹੈ ਮੰਮਾ। ਮੈਂ ਛੋਟੇ ਨੂੰ ਵੀ ਕਹਿਤਾ, ਬੜੇ ਨੂੰ ਵੀ ਕਹਿਤਾ, ਛੋਟੇ ਨੇ ਵੀ ਦੋ ਮੰਗਾਤੀਆਂ, ਬੜੇ ਨੇ ਵੀ ਐਮਾਜ਼ਾਨ ਤੋਂ ਬੋਟੀ ਨੇ ਆਰਡਰ ਕਰ ਦਿੱਤੀਆਂ, ਹੈ ਉਹ ਪੰਜ ਹੋ ਗਈਆਂ। ਅੱਛਾ, ਪੰਜ ਹੋ ਗਈਆਂ, ਤਾਂ ਜਿਸੇ ਮੈਂ ਇੱਕ ਖੋਲ ਲਈ, ਮੁੰਡਾ ਕਹਿੰਦਾ ਮੰਮਾ ਜਿਹੜੀ ਐਮਾਜ਼ਾਨ ਦੀ ਕੰਪਨੀ ਮਤਲਬ ਇਹਨਾਂ ਨੂੰ ਵੀ ਵੇਚਦੇ ਹੀ ਆ, ਵੀ ਉਸੇ ਹੀ ਕੰਪਨੀ ਨੇ ਬਾਲਮਾਰਟ ਵਾਲਿਆਂ ਨੂੰ ਵੇਚੀਆਂ, ਸੇਮੇ ਗੋਲੀ ਆ, ਸੇਮੇ ਗੋਲੀ। ਅੱਛਾ ਭੈਣ ਜੀ, ਮੈਂ ਉਹ ਅੱਧੀ ਕੁ, ਜਦ ਜਿੱਦਾਂ ਮੈਂ ਪਹਿਲੀ ਖਤਮ ਕੀਤੀ ਮੈਂ ਦੂਜੀ ਵੀ ਖਤਮ ਮਤਲਬ ਅੱਧੀ ਖਾ ਲਈ ਹੋਗੀ, ਤਾਂ ਬੋਟੀ ਨੂੰ ਐਮਾਜ਼ਾਨ ਤੋਂ ਫੋਨ ਆਇਆ, ਹੈ ਉਹ ਕਹਿੰਦੇ ਬਈ ਮੈਸੇਜ ਉਹਨਾਂ ਨੇ ਕਰਤਾ, ਉਹ ਕਹਿੰਦੇ ਵੀ ਇਹ ਗੋਲੀ ਨਾ ਬੰਦ ਕਰ ਦੋ, $40 ਦੀਆਂ ਤਿੰਨ ਸੀਸੀਆਂ ਮੰਗਾਈਆਂ ਸੀਆਂ, ਤਿੰਨ ਆਈਆਂ ਸੀ, ਹੈ ਨਾ, ਤਾਂ ਬਈ ਇਹਦੇ ਨਾਲੇ ਤਾਂ ਬੋਡੀ 'ਚ ਬਲੱਡ ਖਿਲਰੂਗਾ, ਲੋਕਾਂ ਨੂੰ ਸਟਰੋਕ ਹੋ ਗਿਆ, ਅਟੈਕ ਹੋ ਗਿਆ, ਇਹ ਤਿੰਨ ਚੀਜ਼ਾਂ ਇਸ ਗੋਲੀ ਖਾਣ ਨਾਲ ਹੋਣੀਆਂ, ਹੈ ਬੋਟੀ ਬਲਜੀਨੀਆ ਨੂੰ ਗਈ ਸੀ, ਮੁੰਡੇ ਨੂੰ ਫੋਨ ਕੀਤਾ, ਮੰਮਾ ਨੂੰ ਕਹਿ ਸਾਰੀਆਂ ਸੀਸੀਆਂ, ਉਹਨਾਂ ਨੇ ਪੈਸੇ ਵੀ ਵਾਪਸ ਕਰ ਦਿੱਤੇ, $40 ਵੀ ਵਾਪਸ ਕਰ ਦਿੱਤੇ। ਗਲਤ ਪੇਜ ਹੋ ਗਈ ਹੁਣੇ ਲਿਖਿਆ ਉੱਤੇ ਆਲਟਰੀ ਕਿੰਗ ਹੀ ਹੋਣਾ। ਨਾ ਭੈਣ ਜੀ, ਆਲਟਰੀ ਹਾਲੇ ਵੀ ਮੈਂ ਇਹਨਾਂ ਨੂੰ ਦੱਸਿਆ ਨੀ, ਮੈਂ ਦੋ ਸਿਰ ਦਿੱਤੀਆਂ, ਹਾਲੇ ਤਿੰਨ ਪਈਆਂ, ਆਲਟਰੀ ਕਿੰਗ ਵਾ, ਆਲਟਰੀ ਕਿੰਗ ਹਾਲੇ ਵੀ ਸਾਡੇ ਕੋਲ ਪਈ ਆ, ਮਤਲਬ ਵਾਪਸ ਕਰਤੇ ਉਹਨਾਂ ਨੇ $40 ਐਮਾਜ਼ਾਨ ਵਾਲੇ। ਠੀਕ ਹੈ, ਠੀਕ ਹੈ। ਮੈਂ ਕਿਹਾ ਦੱਸ ਦਵਾਂ, ਮੁੰਡਾ ਕਹਿੰਦਾ ਮਹੀਨਾ ਪਹਿਲਾਂ, ਮੰਮਾ ਤੂੰ ਰੇਡੂਏ ਤੇ ਦੱਸ ਦੇ ਵੀ ਅਗਲੇ ਦੀ ਮਰਜ਼ੀ ਖਾਣ ਨਾ ਖਾਣ, ਪਰ ਸਾਡੇ ਵਾਪਸ ਕਰਤੇ ਪੈਸੇ, ਗੋਲੀ ਕਹਿੰਦੇ ਬੰਦ ਕਰ ਦੋ ਇਹੋ, ਬਾਕੀ ਹੁਣ ਪਤਾ ਨੀ ਭੈਣ ਜੀ। ਹੁਣ ਫੇਰ ਉਹਨਾਂ ਨੇ ਬਲਵਿੰਦਰ ਭੈਣ ਜੀ ਨੇ ਕਿਹਾ, ਮੈਂ ਕਿਹਾ ਮਾੜਾ ਜਿਹਾ ਦੱਸ ਦਿੰਦੀ ਆ ਵੀ ਮੈਂ ਤਾਂ ਮਤਲਬ ਹੁਣ ਵੀ ਪਈ ਆ, ਮੋਟਾ ਕਰਕੇ ਦੁੱਧ ਲਿਖਿਆ ਆਲਟਰੀ ਕਿੰਗ ਗੋਲੀ ਤੇ ਵੀ ਡੱਬੀ ਤੇ ਵੀ। ਠੀਕ ਹੈ, ਠੀਕ ਹੈ, ਪੜ੍ਹ ਲੈਂਦੇ ਨਾਲ ਸਾਈਡ ਇਫੈਕਟ ਵੀ ਲਿਖੇ ਹੋਣੇ ਆ। ਥੈਂਕ ਯੂ ਤਰਸੇਮ ਜੀ, ਪੜ੍ਹ ਜ਼ਰੂਰ ਲਿਆ ਕਰੋ ਜੀ, ਨਾਲ ਸਾਈਡ ਇਫੈਕਟ ਲਿਖੇ ਹੁੰਦੇ ਆ, ਜਿਹੜੀ ਤੁਸੀਂ ਟਾਈਨਲ ਵੀ ਲਿਆਉਂਦੇ ਨਾ ਉੱਤੇ ਵੀ ਸਾਈਡ ਇਫੈਕਟ ਲਿਖੇ ਹੁੰਦੇ ਆ ਸਾਰੀਆਂ ਚੀਜ਼ਾਂ 'ਤੇ ਆ। ਜਦੋਂ ਅਸੀਂ ਇਹ ਕਹਿ ਦਿੰਦੇ ਵੀ ਵੈਕਸੀਨ ਦੇ ਨਾਲ ਕਈਆਂ ਨੂੰ ਪ੍ਰੋਬਲਮ ਹੋਈ ਹੈ ਨਾ, ਕਈ ਹੱਸਦੇ ਆ ਕਹਿੰਦੇ ਨਹੀਂ, ਕਈ ਮਾਈਆਂ ਆਪਣੇ ਨਿਆਣੇ ਨੂੰ ਦੱਸਦੀਆਂ ਨਹੀਂ ਜੀ ਇਹ ਤਾਂ ਗਲਤ ਗੱਲ ਆ, ਨਹੀਂ ਸਾਈਡ ਇਫੈਕਟ ਹਰੇਕ ਚੀਜ਼ ਦੀ ਹੁੰਦੀ ਆ, ਕਿਸੇ ਨੂੰ ਹੋ ਜਾਂਦੀ ਹੈ ਕਿਸੇ ਨੂੰ ਨਹੀਂ ਹੁੰਦੀ, ਪਰ ਤੁਸੀਂ ਪੜ੍ਹ ਕੇ ਲਿਆ ਕਰੋ। ਹਰਭਜਨ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਨਰਿੰਦਰ ਜੀ ਮੈਂ ਨਾ ਪੁੱਛਣਾ ਸੀ, ਮੇਰਾ ਜਿੱਦਾਂ ਧੂਈ ਦੇ ਮਾਣਕੇ ਹਿੱਲੇ ਆ, ਇੱਕ ਭਾਅ ਜੀ ਦੱਸਦੇ ਹੁੰਦੇ ਨਾ ਅਰਜਨ ਟੇਬਲ ਆ, ਉਹ ਮੈਨੂੰ ਸਮਝ ਨਹੀਂ ਲੱਗਦੀ ਉਹ ਕਿੱਦਾਂ ਕਿਹੜਾ ਟੇਬਲ ਆ, ਕਿੱਦਾਂ ਉੱਤੇ ਲੰਮੇ ਪੈਣਾ ਮੈਨੂੰ ਹੈਨਾ, ਇੱਕ ਵਾਰੀ ਦੱਸ ਦੇਣ ਦਾ ਨਾ, ਤਾਂ ਮੇਰਾ ਜਿੱਦਾਂ ਇੱਕ ਦੁਖਦੀ ਰਹਿੰਦੀ ਇਹ ਮਾਣਕੇ ਹਿੱਲੇ ਆ। ਠੀਕ ਹੈ ਠੀਕ ਹੈ, ਪੁੱਛ ਲੈਂਦੇ ਆਪਾਂ ਕਿਸੇ ਨੂੰ। ਮੈਂ ਕਿਹਾ ਹੁਣ ਨਰਿੰਦਰ ਜੀ ਨੂੰ ਕਹਿੰਦੀ ਆ ਵੀ ਚਲੋ ਸ਼ਾਇਦ ਏਦਾਂ ਮੈਨੂੰ ਰਾਮ ਹੀ ਆ ਜਾਵੇ ਜੇ ਭਾਅ ਜੀ ਦੱਸ ਦੇ ਭਾਅ ਜੀ ਤਾਂ। ਠੀਕ ਠੀਕ ਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਬਲਜਿੰਦਰ ਭੈਣ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਤੇ ਮੈਂ ਇੱਕ ਪੁੱਛਣਾ ਸੀਗਾ ਵੀ ਪੈਰਾਂ ਚੋਂ ਬਹੁਤ ਸੇਕ ਨਿਕਲਦਾ, ਇੰਨੇ ਦੁਖਦੇ ਪੈਰ, ਜੁੱਤੀ ਵੀ ਨੀ ਪੈਰਾਂ ਚ ਪੈਂਦੀ ਹੈਗੀ। ਹਾਂਜੀ ਠੀਕ ਆ, ਸਾੜ ਨਿਕਲਦਾ ਜੇ ਦਾਗ ਲੱਗੀ ਹੁੰਦੀ ਆ, ਦਰਦ ਹੁੰਦਾ। ਅੱਗ ਤਾਂ ਪੈਸੇ ਲੱਗੀ ਪਈ, ਇੰਨੀ ਗਰਮੀ ਆ, ਪੈਰਾਂ ਚ ਵੀ ਲੱਗ ਗਈ, ਪੈਰਾਂ ਚ ਬਹੁਤ ਲੱਗੀ ਜਾਊਗਾ। ਠੀਕ ਆ, ਜੁੱਤੀ ਪੈਂਦੀ ਆ। ਹੁਣ ਇੱਕ ਮੈਨੂੰ ਦੱਸਿਆ ਸੀਗਾ ਵੀ ਆਈਸ ਵਾਲੇ ਨਾ ਸਲੀਪਰ ਮਿਲਦੇ ਆ, ਅੱਛਾ, ਤਾਂ ਉਹ ਨਾ ਫਰਿੱਜ ਚ ਰੱਖਣੇ, ਫਿਰ ਰੱਖ ਕੇ ਉਹ ਪੈਰਾਂ ਥੱਲੇ ਰੱਖਣੇ, ਉਹਨਾਂ ਠੰਡ ਜਿਹੀ ਪੈਂਦੀ ਆ ਫੇਰ, ਤਾਂ ਓਦਾਂ ਦੀਆਂ ਸੋਕਸਾਂ ਵੀ ਮਿਲਦੀਆਂ ਆ, ਫਿਰ ਉਹ ਵੀ ਫਰਿੱਜ ਚ ਰੱਖ ਕੇ ਫਿਰ ਪਾਉਣੀਆਂ ਪੈਂਦੀਆਂ। ਮੈਂ ਕਿਹਾ ਸੋਕਸਾਂ ਨਾਲ ਸਲੀਪਰ ਠੀਕ ਆ, ਹੁਣ ਉਹ ਭਰ ਰੱਖੇ ਆ ਮੈਂ, ਉਹ ਹੁਣ ਕੋਲ ਰੱਖਿਆ ਸੀ, ਉਹ ਤੇ ਪੈਰ ਰੱਖੇ ਸੀ ਮੈਂ ਫੇਰ। ਅੱਛਾ, ਫਿਰ ਠੰਡੇ ਹੋ ਗਏ ਪੈਰ? ਹਾਂਜੀ, ਜਦੋਂ ਠੰਡੇ ਹੋ ਜਾਂਦੇ ਆ ਨਾ ਉਹ, ਫਿਰ ਜਦੋਂ ਕੂਲ ਜਿਹਾ ਹੋ ਜਾਂਦਾ ਉਹਨਾਂ, ਫਿਰ ਮਲੂਮ ਨਹੀਂ ਹੁੰਦਾ ਫਿਰ ਪੈਰਾਂ ਸਾੜ ਲੱਗਦਾ ਕਿ ਨਹੀਂ ਲੱਗਦਾ। ਅੱਛਾ ਅੱਛਾ, ਹਾਂਜੀ ਸਲੀਪਰ ਆ ਉਦਾਂ ਉਹ। ਕੋਈ ਨਹੀਂ, ਜਰਾਬਾਂ ਵੀ ਮੰਗਾ ਲਓ, ਪਾ ਕੇ ਸੌਂ ਗਏ। ਜਰਾਬਾਂ ਵੀ ਮੰਗਾਈਆਂ। ਠੀਕ ਆ, ਹਾਂਜੀ, ਤਾਂ ਇੱਕ ਮੈਂ ਆਪਣੇ ਹਸਬੈਂਡ ਦਾ ਪੁੱਛਣਾ ਸੀਗਾ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ, ਜੇ ਅਸੀਂ ਗੋਲੀ ਦਿੰਦੇ ਆ ਤਾਂ ਨੀਂਦ ਆਉਂਦੀ ਆ, ਤਾਂ ਗੋਲੀ ਲੱਗੀ ਉਹ ਹੈਗੀ ਬਹੁਤ ਚਿਰ ਦੀ, ਵਿੱਚ ਕਹਿੰਦੇ ਵੀ ਗੋਲੀ ਚੰਗੀ ਨੀ ਹੈਗੀ, ਵੀ ਤੁਸੀਂ ਗੋਲੀ ਛਡਾਉਣੀ ਚਾਹੁੰਦੇ, ਜੇ ਛਡਾਉਂਦੇ ਆ ਤਾਂ ਫਿਰ ਰਾਤ ਨੂੰ ਸੌਂਦੇ ਨੀ ਹੈਗੇ ਫਿਰ। ਅੱਛਾ, ਡਮੈਂਸ਼ੀਆ ਆ ਉਦਾਂ ਉਹਨਾਂ, ਫਿਰ ਸਾਨੂੰ ਵੀ ਤੰਗ ਕਰਦੇ ਜਿਹੜੇ ਡਮੈਂਸ਼ੀਆ ਕਰਕੇ, ਫਿਰ ਬੋਲਣ ਕੇ ਤੁਰ ਪੈਣਾ, ਫਿਰ ਗੋਲੀ ਦਿੰਦੇ ਤਾਂ ਨੀਂਦ ਆਉਂਦੀ ਆ, ਫਿਰ ਕਈ ਵਾਰੀ ਗੋਲੀ ਨਾਲ ਵੀ ਨੀ ਆਉਂਦੀ ਨੀਂਦ। ਠੀਕ ਆ, ਇੰਨੀ ਵਧੀਆ ਬਿਮਾਰੀ ਇਹ। ਠੀਕ ਆ ਜੀ, ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ ਫਿਰ। ਠੀਕ ਆ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਈ ਵਾਰ ਕਹਿ ਦਿੰਦੇ ਆ ਲੋਕ ਕਿ ਕੈਲਸ਼ੀਅਮ ਵਗੈਰਾ ਲਾਓ, ਮੈਗਨੀਸ਼ੀਅਮ ਵਗੈਰਾ ਲਾਓ ਜੇ ਨੀਂਦ ਨਹੀਂ ਆਉਂਦੀ ਤਾਂ, ਕਈ ਵਾਰੀ ਉਹਦੀ ਘਾਟ ਕਰਕੇ ਵੀ ਨੀਂਦ ਜਿਹੜੀ ਆ ਉਹ ਨਹੀਂ ਆਉਂਦੀ। ਚਲੋ ਹੋਰ ਵੀ ਪੁੱਛਦੇ ਆ ਆਪਾਂ। ਭਜਨ ਕੌਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਹਾਂਜੀ, ਹੋਰ ਰਵਿੰਦਰ ਜੀ ਕੀ ਹਾਲ ਆ? ਠੀਕ ਹੈ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ। ਥੈਂਕ ਯੂ ਜੀ। ਹਾਂਜੀ, ਮੈਂ ਦੱਸਣਾ ਸੀਗਾ ਗਠੀਆ ਤੋਂ ਪੁੱਛਿਆ ਸੀ ਨਾ ਉਹਨਾਂ ਨੇ, ਉਹ ਇੱਕ ਚੀਜ਼ ਮਿਸ ਕਰ ਗਏ ਆ। ਅੱਛਾ ਜੀ, ਤੇ ਉਹ ਮੈਂ ਅੱਗੇ ਵੀ ਬਹੁਤ ਵਾਰੀ ਦੱਸਿਆ, ਮੈਂ ਰੈਡੀ ਤੋਂ ਸੁਣ ਕੇ ਤੇ ਮੈਨੂੰ ਆਰਾਮ ਆ, ਮੈਂ ਆਪ ਖਾਧਾ ਸੀ ਤਾਂ ਕਰਕੇ ਮੈਂ ਦੱਸਦੀ ਹਾਂ। ਅੱਛਾ ਜੀ, ਹਾਂਜੀ, ਉਹ ਹੈਗਾ 50 ਗ੍ਰਾਮ ਜਿੱਦਾਂ ਕਾਲੀ ਮਿਰਚ ਆ, 50 ਗ੍ਰਾਮ ਹੀ ਮਜ਼ਾ ਆ, ਤੇ 100 ਗ੍ਰਾਮ ਖਸਖਸ ਆ। ਖਸਖਸ, ਠੀਕ ਹੈ। 150 ਗ੍ਰਾਮ ਹੈਗੀ ਆ, ਹੈਗਾ ਮਲਕਾ, ਉਹ ਚੋਂ ਬੀ ਕੱਢ ਕੇ ਫਿਰ ਗੋਲੀਆਂ ਬਣਾਉਣੀਆਂ। ਠੀਕ ਆ, ਹਾਂਜੀ, ਰੀਤ ਹੈਗਾ ਉਹ, ਫਿਰ ਖਾਣੇ ਜਾਣੇ ਉਹਦਾ ਆਰਾਮ ਆ ਜਾਂਦਾ, ਐਨ ਇਹ ਸ਼ਰਤ ਜਿਹਾ ਆ ਇਹ। ਠੀਕ ਆ ਜੀ, ਹਾਂਜੀ ਹਾਂਜੀ, ਮੈਂ ਇਹ ਦੱਸਣਾ ਸੀਗਾ। ਕੋਈ ਦਾਲ ਚੀਨੀ ਦੱਸਦੇ ਹੁੰਦੇ ਆ, ਪਰ ਇਹ ਜਿਹੜੀਆਂ ਚੀਜ਼ਾਂ, ਇਹਨਾਂ ਦੇ ਇਲਾਜ ਜਿਹੜੇ ਹੋਏ ਆ ਤੇ ਇਹਨਾਂ ਦੀ ਫੀਡਬੈਕ ਆਈ ਆ। ਸੁਰਿੰਦਰ ਕੌਰ ਜੀ, ਸੁਰਿੰਦਰ ਕੌਰ ਜੀ, ਸਤਿ ਸ੍ਰੀ ਅਕਾਲ। ਥੋੜਾ ਜਿਹਾ ਨਾਂ ਦਾ ਫਰਕ ਪੈ ਗਿਆ, ਨਰਾਨੀ ਮੈਂ ਬੋਲੀ ਹੈਗੀ। ਅੱਛਾ ਜੀ, ਜਾਂਦੀ ਉਹ, ਮੈਂ ਤਾਂ ਇਉਂ ਪੁੱਛਣਾ ਸੀਗਾ ਬਈ ਇੱਕ ਤਾਂ ਸਾਨੂੰ ਪਿਸ਼ਾਬ ਆਉਂਦਾ ਪੀਲਾ, ਤੇ ਇੱਕ ਮੇਰੀਆਂ ਰਾਤ ਨੂੰ ਨਾ ਲੱਤਾਂ ਜਾਣੀ ਝਾਂਡਕਾ ਜਿਹਾ ਵੱਜ ਕੇ ਇਕੱਠੀਆਂ ਹੋ ਜਾਂਦੀਆਂ, ਪਤਾ ਨੀ ਕੀ ਗੱਲ ਆ ਬਈ, ਤੇ ਫਿਰ ਉਹ ਨਾ ਦੁਖਦੀਆਂ, ਤੁਰਿਆ ਨੀ ਜਾਂਦਾ ਮੇਰੇ ਤੋਂ। ਨਾੜ ਚੜਦੀ ਆ ਜਾਂ? ਨਾ ਨਾ, ਨਾੜਾਂ ਨੀ ਚੜਦੀਆਂ ਹੈਗੀਆਂ, ਕੁਛ ਨੀ ਹੁੰਦਾ, ਪਤਾ ਨੀ ਝਾਂਡਕਾ ਜਿਹਾ ਵੱਜਦਾ, ਝਾਂਡਕਾ ਜਿਹਾ ਵੱਜ ਕੇ ਇਕੱਠੀਆਂ ਜਾ ਕੇ ਫਿਰ ਨਿਕਾਲ ਲੈਂਦੀ ਆ ਮੈਂ। ਅੱਛਾ, ਤੇ ਦੂਜਾ ਜਿਵੇਂ ਤੁਰਦੀ ਆ ਨਾ, ਤੁਰੀ ਜਾਂਦੀ, ਖੜ ਜਾਂਦੀ ਆ ਮਾੜਾ ਜਿਹਾ, ਫਿਰ ਉਹਦੇ ਤੋਂ ਡਿੰਗ ਨੀ ਪੱਟੀ ਜਾਂਦੀ। ਅੱਛਾ, ਉਹ ਦੱਸੋ ਵੀ ਕੀ ਗੱਲ ਆ। ਠੀਕ ਆ ਜੀ, ਹਾਂਜੀ, ਇੱਕ ਮੈਂ ਭੁੱਲ ਗਈ ਹੋਰ ਦੱਸਣਾ ਸੀ, ਆ ਫਿਣਸੀਆਂ ਤੋਂ ਕਰ। ਹਾਂਜੀ ਹਾਂਜੀ, ਉਹ ਮੈਨੂੰ ਭੁੱਲ ਗਈ, ਮੈਨੂੰ ਚੇਤਾ ਨੀ ਹੋਣਾ ਇਹਦਾ ਵੀ, ਚੇਤਾ ਨੇ ਵੀ ਕੀ ਹੈਗਾ। ਠੀਕ ਆ, ਉਹ ਤਾਂ ਦੱਸਦੇ ਹੀ ਰਹਿੰਦੇ ਹੁੰਦੇ ਆ, ਉਹ ਤਾਂ ਲੋਕ ਬਣਾ ਬਣਾ ਖਾਂਦੇ ਆ ਪੰਜੀਰੀ ਅੱਗੇ। ਅੱਛਾ ਅੱਛਾ, ਉਹ ਪੰਜੀਰੀ ਜਿਹੜੀ ਹੈਗੀ ਆ ਫਟਕੜੀ ਵਾਲੀ ਆ? ਨਿਆਣਿਆਂ ਹੁੰਦਿਆਂ ਬਹੁਤ ਕੌੜਾ ਹੁੰਦਾ, ਕੌੜਾ ਬਸ਼ੱਕ ਹੁੰਦਾ ਥੋੜਾ ਜਿਹਾ ਰਲ ਵੀ ਵਿੱਚ। ਠੀਕ ਆ,
ਵਾਲੀ ਖਾਣ ਦੀ ਚੀਜ਼ ਦੀ ਲੋੜ ਨੀ ਹੁੰਦੀ, ਥੋੜੇ ਜਿਹੇ ਖਾਈ ਦਾ ਸਾਫ ਹੀ ਪਿਲਾ ਦੇ ਨਿਆਣਿਆਂ ਨੂੰ ਤਾਂ। ਮੈਨੂੰ ਯਾਦ ਨੀ ਆਉਂਦਾ ਹੁਣ, ਮੈਂ ਤੇ ਦੱਸ ਦਿੰਦੀ ਬੱਚੇ ਤਾਂ ਰੱਖਿਆ ਸੀਗਾ, ਮੈਂ ਕਿਹਾ ਆਪਦਾ ਭਾਵਾਂ ਭੁੱਲ ਜਾ ਉਹ ਦੱਸੂ ਜ਼ਰੂਰ। ਹਾਂ ਠੀਕ ਹੈ ਠੀਕ ਹੈ, ਹਾਂ ਭੁੱਲ ਗਈ ਮੈਂ, ਠੀਕ ਹੈ। ਹਾਂ ਤੁਸੀਂ ਦੱਸੋ ਕੀ ਗੱਲ ਫਿਰ, ਮੈਂ ਜੇ ਮੈਨੂੰ ਫੜ ਕੇ ਤੋਰਦਾ ਵੀ ਹੈ ਨਾ ਕੋਈ, ਤਾਂ ਵੀ ਮੈਂ ਤਾਂ ਡਿੰਗ ਨਹੀਂ ਪੱਟੀ ਜਾਂਦੀ। ਠੀਕ ਹੈ ਜੀ, ਚਲੋ ਪੁੱਛਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਦੇਖੋ ਰੱਬ ਨੇ ਕਿਹੋ ਜਿਹਾ ਇੰਜਣ ਪਾਇਓ ਸਾਡੇ 'ਚ ਨਾ, ਵੱਖ ਵੱਖ ਆ ਇਹਨਾਂ ਦੇ ਪਾਰਟ, ਵੱਖ ਵੱਖ ਆ ਇਹਨਾਂ ਦੀਆਂ ਮੁਸੀਬਤਾਂ, ਵੱਖ ਵੱਖ ਆ, ਫਿਰ ਉਹ ਝਟਕਾ ਲੱਗਦਾ ਇਹਨਾਂ ਦੀ ਬੋਡੀ ਨੂੰ। ਅਤੇ ਜੇ ਕਿਸੇ ਹੋਰ ਮੈਨੂੰ ਵੀ ਲੱਗਦਾ ਉਹ ਕੀ ਕਰਦੇ ਆ ਜ਼ਰੂਰ ਦੱਸ ਦਿਓ। ਜਗਵੀਰ ਕੌਰ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਜਗਵੀਰ ਸਿੰਘ ਜੀ, ਸੋਰੀ, ਹਾਂਜੀ, ਇੱਕ ਤਾਂ ਜਿਹੜਾ ਸਿੰਧਾਂ ਨੂੰ ਕਹਿੰਦੇ ਸੀਗੇ ਪਿੰਕ ਨੂੰ ਸੇਮ ਹੈ ਜੀ। ਹਾਂਜੀ ਪਿੰਕ, ਉਹ ਤਾਂ ਰੰਗ ਪਿੰਕ ਹੈਗਾ ਲਿਖਿਆ ਸਿੰਧਾਂ ਹੀ ਆ। ਨਿੰਬੂ ਦੀ ਸਕੰਜਮੀ ਪੀਵੇ, ਔਲੇ ਦਾ ਜੂਸ ਪੀਵੇ, ਖੋਪੇ ਦਾ ਆਪਣੇ ਨਾਰੀਅਲ ਦਾ ਪਾਣੀ ਪੀ ਲਵੇ, ਇਹਦੇ ਨਾਲ ਹਟ ਜੂਗੀ। ਹਾਂਜੀ ਚਲੋ ਠੀਕ ਹੈ ਜੀ, ਬਾਕੀ ਥੈਂਕ ਯੂ ਜੀ, ਥੈਂਕ ਯੂ। ਦੇਖ ਲਓ ਕਿੰਨਾ ਫਿਕਰ ਕਰਦੇ ਤੁਹਾਡਾ, ਰਾਈਟ ਵੀ ਕਾਲ ਕਰ ਦਿੱਤੀ, ਇੱਕ ਮਿੰਟ ਵੀ ਨਿਕਲਿਆ, ਸਾਰੇ ਬਿਜ਼ੀ ਹੁੰਦੇ ਆਪੋ ਆਪਣੀ ਜਗ੍ਹਾ 'ਤੇ। 408-272-5200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਤੁਸੀਂ ਕੋਈ ਵੀ ਸ਼ੇਅਰ ਕਰਨਾ ਤਾਂ ਕਰ ਸਕਦੇ ਹਾਂ। ਮਨਜੀਤ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭੈਣ ਕਹਿੰਦੀ ਸੀ ਪੈਰਾਂ 'ਚੋਂ ਸੇਕ ਆਉਂਦਾ, ਸਵੇਰੇ ਸਵੇਰੇ ਘਾਹ 'ਤੇ ਤਾਰਨ, ਤੇਲ ਪਈ ਹੁੰਦੀ ਆ। ਹਾਂਜੀ, ਤੇਲ ਦੇ ਵਿੱਚ ਤੁਰਨੇ ਦੇ ਨਾਲ ਬਹੁਤ ਫਰਕ ਪੈ ਜਾਂਦਾ, ਬਾਕੀ ਫਿਰ ਪਾਣੀ 'ਚ ਰੱਖਣ ਠੰਡੇ 'ਚ ਤਾਂ ਤੇਲ ਦੀ ਮਸਾਜ ਕਰਨ ਚੰਗੀ ਤਰ੍ਹਾਂ ਦੱਬ ਕੇ, ਹਾਂਜੀ ਇਹਦੇ ਨਾਲ ਫਰਕ ਪੈ ਜਾਂਦਾ ਆ। ਜਿੱਦਾਂ ਕੀਤੇ ਉਹ ਆਪਣੇ ਹੈ ਨਾ, ਆਪਾਂ ਤਾਂ ਤੁਰੇ ਲਈਦਾ ਸਵੇਰ ਨੂੰ ਰੋਜ਼ ਘਾਹ ਹੈ ਨਾ, ਤੇਲ 'ਤੇ ਹੈ ਨਾ, ਵਧੀਆ ਰਹਿੰਦਾ ਆ। ਬਾਕੀ ਫੈਂਸੀਆਂ ਮੂੰਹ 'ਤੇ ਦੱਸਦੇ ਸੀਗੇ, ਛੋਟੀਆਂ ਵੱਡੀਆਂ ਜੋ ਵੀ ਹੈਗੀਆਂ, ਫਟਕੜੀ ਨਾਲ ਹੀ ਧੋਣ ਹੈ ਨਾ, ਕੋਸਾ ਪਾਣੀ ਕਰਕੇ ਤਾਂ ਉਹਨੂੰ ਲੈ ਕੇ ਛੋਟਾ ਜਿਹਾ ਤੌਲੀਆ, ਨਿੱਕਾ ਜਿਹਾ ਟੋਲੀ ਜਿਹੀ, ਤਾਂ ਦੱਬ ਦੱਬ ਕੇ ਇੱਦਾਂ ਸੇਕ ਦੇਣ ਵਿੱਚ ਫਟਕੜੀ ਪਾ ਕੇ ਗਰਮ ਪਾਣੀ ਦੇ, ਦੋ ਚਾਰ ਵਾਰ ਦਿਹਾੜੀ ਦਾ, ਇਹ ਨੀ ਵੀ ਇੱਕ ਵਾਰ ਕਰ ਲਈ ਤੇ ਮੁੜ ਕੇ ਹਫ਼ਤਾ ਕੀਤਾ ਹੀ ਨੀ ਹੈ ਨਾ। ਹਾਂਜੀ, ਉਹ ਸੇਕ ਦੇਣ ਨਾਲ ਬਿਲਕੁਲ ਬਹਿ ਜਾਂਦੀਆਂ ਭੈਣ ਜੀ, ਇਹ ਤਾਂ ਬਹੁਤ। ਮੈਂ ਫਟਕੜੀ ਦੇ ਨਾਲ ਤਾਂ ਮੈਂ ਇੰਨੇ ਇਲਾਜ ਕਰ ਲਏ ਹੈ ਨਾ, ਹਾਂਜੀ ਮੇਰੇ ਤਾਂ ਹਰੇਕ ਬਿਮਾਰੀ ਦਾ ਫਟਕੜੀ ਇਲਾਜ, ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੇਰਾ ਟੀਕਾ ਪੱਕ ਗਿਆ ਸੀ ਆਪਣੇ, ਤੇ ਕੁਛ ਨੀ ਲਾਇਆ, ਕੋਈ ਟੂਬ ਨੀ ਲਾਇਆ, ਕੁਛ ਨੀ, ਫਟਕੜੀ ਦਾ ਹੀ ਟੁਕੜਾ ਰੱਖ ਲਿਆ ਡਲੀ, ਜਿੰਨੀ ਵਾਰੀ ਜਾਣਾ ਬਾਥਰੂਮ ਉਦਾਂ ਵੀ ਘੁੰਮਦੀ ਫਿਰ ਜੀ ਨੇ, ਗਿੱਲੀ ਕਰਨੀ ਫਟਕੜੀ ਤਾਂ ਉਹਦੇ ਉੱਤੇ ਬਸ ਮਾੜਾ ਜਿਹਾ ਗਿੱਲਾ ਕਰਕੇ ਤਾਂ ਲਾਈ ਜਾਣੀ, ਬਿਲਕੁਲ ਹੀ ਹਟ ਗਿਆ ਸੀਗਾ ਟੀਕਾ ਜਿੱਦਾਂ। ਠੀਕ ਆ, ਹਾਂਜੀ ਇਹ ਦੱਸਣਾ ਸੀਗਾ। ਇੱਕ ਬੀਬੀ ਕਹਿੰਦੀ ਸੀ ਵੀ ਪਿਸ਼ਾਬ ਪੀੜਾ ਹੁੰਦਾ, ਕਈ ਵਾਰ ਆਪਾਂ ਪਾਣੀ ਘੱਟ ਪੀਂਦੇ ਹਾਂ, ਇਹ ਵੀ ਘਾਟ ਪੈ ਜਾਂਦੀ ਆ। ਅੱਛਾ, ਹਾਂ ਪਾਣੀ ਪੀ ਕੇ ਦੇਖੋ ਜ਼ਿਆਦਾ ਤੁਹਾਡਾ ਬਿਲਕੁਲ ਪਿਸ਼ਾਬ ਸਾਫ਼ ਹੋਣ ਲੱਗ ਜਾਂਦਾ ਆ। ਹਾਂਜੀ ਇੱਦਾਂ ਦੇ ਇਲਾਜ ਕਰਕੇ ਦੇਖੋ, ਜਿਹੜਾ ਮਾਸ ਫਟੇ ਉਹ ਵੀ ਫਟਕੜੀ ਦੀ ਟਕੋਰ ਕਰੀ ਜਾਣ ਤਾਂ ਉਹ ਡਾਕਟਰ ਭਾਜੀ ਨੇ ਦੱਸਿਆ ਲਾਉਣ, ਉਹਦੇ ਨਾਲ ਫਰਕ ਪੈ ਜਾਂਦਾ ਆ। ਹਾਂਜੀ ਸਾਡੇ ਲੜਕਾ ਸੀਗਾ ਇੱਕ ਆਪਣਾ ਹੀ, ਤਾਂ ਉਹਦਾ ਜਿੱਦਾਂ ਇੰਡੀਆ ਤਾਂ ਕਹਿਣ ਜੀ ਨੱਕ ਦੀ ਹੱਡੀ ਵਧੀ ਆ, ਜਦ ਮੈਂ ਗਈ ਤਾਂ ਉਹਨੇ ਮੈਨੂੰ ਦੱਸਿਆ ਕਹਿੰਦੇ ਕਿ ਡਾਕਟਰ ਦੇ ਜਾਣਾ ਜਲੰਧਰ ਜਾਣਾ ਨਵੇਂ ਸ਼ਹਿਰ ਹੈ ਨਾ, ਟੈਸਟ ਕਰਾਉਣਾ, ਇਹਦਾ ਰਿਪੋਰਟ ਆਊਗੀ, ਸਕੈਨ ਕਰਾਉਣੀ ਆ। ਮੈਂ ਕਿਹਾ ਕੋਈ ਨਾ ਪਹਿਲਾਂ ਤੁਹਾਨੂੰ ਮੈਂ ਦਵਾਈ ਦੱਸਦੀ, ਇਹ ਤੁਸੀਂ 4 ਕੁ ਦਿਨ ਵਰਤੋ। ਬਸ ਭੈਣ ਜੀ ਘੇਲ ਆਇਆ ਗਰਮ ਕਰਕੇ, ਤੇਲ ਲਾਇਆ ਤਾਂ ਉਹ ਕਹਿੰਦਾ ਮੈਂ ਤਾਂ ਬਿਲਕੁਲ ਠੀਕ ਆ। ਚਲੋ ਜੀ ਡਾਕਟਰ ਦਾ ਤੁਸੀਂ ਰੋਜੀ ਰੋਟੀ ਮਾਰਤੀ, ਬਿਲਕੁਲ ਠੀਕ ਹੋ ਗਿਆ। ਮੈਂ 2 ਮਹੀਨੇ ਉੱਥੇ ਰਹੀ, ਉਹਨੂੰ ਪੁੱਛਦੀ ਰਹੀ, ਉਹ ਕਹਿੰਦਾ ਬਿਲਕੁਲ ਠੀਕ ਆ, ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਹੈ ਨਾ। ਇਹ ਜਿਹੜਾ ਤੇਲ ਲਾਉਣਾ ਨੱਕ 'ਚ ਧੁੰਨੀ, ਤੇ ਇਹਦੇ ਨਾਲ ਆਪਾਂ ਨੂੰ ਬਹੁਤ ਫਾਇਦਾ ਮਿਲਦਾ ਆ ਜੀ ਜੀ। ਇਹ ਸਾਰਿਆਂ ਲਈ ਬੜੀ ਜ਼ਰੂਰੀ ਜੀ ਗੱਲ ਆ ਵੀ ਸਾਰੇ ਲਾਓ, ਜਿਹਨੂੰ ਨੀਂਦ ਵੀ ਘੱਟ ਆਉਂਦੀ ਆ ਉਹ ਵੀ ਲਾਵੋ। ਬਾਕੀ ਨੀਂਦ ਵਾਲਿਆਂ ਨੂੰ ਖਸ ਖਸ ਦੱਸਦੇ ਹੁੰਦੇ ਆ, ਬਦਾਮ ਮਿੱਠੀ ਸੌਂਫ ਰਲਾ ਕੇ ਚੀਜ਼ਾਂ ਵਿੱਚ ਮਾਗ 'ਚ ਪਾ ਲਓ, ਉਹ ਰਾਤ ਨੂੰ ਤੁਸੀਂ ਦੁੱਧ ਦੇ ਨਾਲ ਲਵੋ ਤਾਂ ਤੁਹਾਨੂੰ ਨੀਂਦ ਨੂੰ ਤਾਂ ਬਹੁਤ ਫਰਕ ਪੈ ਜਾਂਦਾ ਆ। ਜਿਹਨੂੰ ਜ਼ਿਆਦਾ ਆਉਂਦੀ ਉਹ ਕੀ ਕਰੇ, ਹਾਂ ਉਹਦੇ ਲਈ ਵੀ ਔਖਾ। ਹਾਂ ਇੱਕ ਨੂੰ ਜ਼ਿਆਦਾ ਆਉਂਦੀ ਸੀਗੀ, ਉਹਨਾਂ ਨੇ ਵੀ ਪੁੱਛਿਆ ਪਰ ਮੈਨੂੰ ਤਾਂ ਨੀਂਦ ਹੀ ਬੜੀ ਆਉਂਦੀ ਆ। ਅੱਛਾ, ਇਹ ਵੀ ਔਖਾ ਹੋ ਜਾਂਦਾ, ਇਹਦੇ ਲਈ ਤਾਂ ਵੀ ਹੁਣ ਦੇਖਣਾ ਪਊਗਾ। ਬਾਕੀ ਇੱਕ ਵਾਰੀ ਮੈਂ ਇੱਦਾਂ ਵੀ ਸੁਣਿਆ ਸੀ, ਇਹ ਵੀ ਕਹਿੰਦੇ ਤਜਰਬਾ ਹੀ ਆ, ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਹ ਕਹੀ ਜਾਵੋ ਮੈਨੂੰ ਤਾਂ ਨੀਂਦ ਬਹੁਤ ਆਈ ਆ, ਮੈਨੂੰ ਤਾਂ ਨੀਂਦ ਬਹੁਤ ਆਈ, ਸੌਣ ਲੱਗੇ ਕਹਿੰਦੇ ਇੱਕਦਮ ਹੀ ਆ ਜਾਂਦੀ ਆ। ਅੱਛਾ, ਇਹ ਵੀ ਦੇਖ ਲਓ ਫਿਰ ਤਜਰਬਾ ਕਰਕੇ, ਜੇ ਇਹਨੂੰ ਨਹੀਂ ਆਉਂਦੀ ਹੈ ਨਾ। ਹਾਂ ਇਹ ਵੀ ਕਰ ਸਕਦੇ ਆ, ਇਮੇਜਿਨੇਸ਼ਨ ਹਾਂ ਜੀ ਨਾਕ ਤਾਂ ਹੀ ਹੁੰਦੇ ਭੈਣ ਜੀ। ਠੀਕ ਹੈ ਨਾ, ਬਹੁਤ ਵਧੀਆ ਪ੍ਰੋਗਰਾਮ ਆਪਣਾ ਚੱਲ ਰਿਹਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਪਿਆਰਾ ਸਿੰਘ ਜੀ,
ਸਤਿਕਾਰ ਜੀ, ਸਤਿਕਾਰ, ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਬਹੁਤ ਦੁਨੀਆਂ ਦਾ ਭਲਾ ਕਰ ਰਹੇ ਆ। ਥੈਂਕ ਯੂ ਜੀ। ਤੇ ਆ ਨੀਂਦ ਜਿਹੜੀ ਕਹਿੰਦੇ ਨੀਂਦ ਬਹੁਤ ਆਉਂਦੀ ਆ, ਉਹਨਾਂ ਕੋਲ ਚਾਹ ਥੋੜੀ ਜ਼ਿਆਦਾ ਪਾ ਕੇ ਪੀ ਲਿਆ ਕਰੋ। ਹਾਏ ਹਾਏ, ਪਤਾ ਨੀ ਸ਼ਾਇਦ ਚਾਹ ਪੀਂਦੇ ਹੀ ਨਾ ਹੋਣਗੇ। ਹਾਂਜੀ, ਉਹ ਬਾਕੀ ਉਹ ਭੈਣ ਜੀ ਜਿਹੜੇ ਪਿਸ਼ਾਬ ਦੀ ਗੱਲ ਕਰਦੇ ਸੀ, ਉਹਨਾਂ ਨੂੰ ਕੋਈ ਧਨੀਆ ਪੀਣ, ਧਨੀਏ ਦਾ ਪਾਣੀ ਕੱਢ ਕੇ ਉਬਾਲ ਕੇ ਨਾ ਉਹਨੂੰ ਥੋੜਾ ਥੋੜਾ ਕਰਕੇ ਪੀਣ, ਉਹਦਾ ਬਹੁਤ ਫਰਕ ਪੈਂਦਾ। ਠੀਕ ਹੈ ਜੀ। ਬਾਕੀ ਗਾਜਰਾਂ ਦਾ ਜੂਸ ਉਹ ਵੀ ਫਾਇਦਾ ਕਰਦਾ। ਇੱਕ ਹੋਰ ਭੈਣ ਜੀ, ਉਹ ਜਿਹੜੇ ਜਿੱਦਾਂ ਹੁਣ ਕਿਸੇ ਦੇ ਵੀ ਬੰਦੇ ਚ ਦਰਦ ਦੁਰਦਾ ਬਹੁਤ ਹੁੰਦੀ ਆ ਸਰੀਰ ਚ ਨਾ, ਉਹਦਾ ਇੱਕ ਇਲਾਜ ਬਹੁਤ ਵਧੀਆ ਆ, ਜਿੱਦਾਂ ਆਪਣੇ ਜਿੰਮਾਂ ਦੇ ਵਿੱਚ ਪੂਲ ਬਣੇ ਆ ਨੀ, ਹਾਂਜੀ, ਉਹਨਾਂ ਦੇ ਵਿੱਚ ਉਹ ਕਲਾਸਾਂ ਲੈਂਦੇ ਕਰਾਉਂਦੇ ਐਕਸਰਸਾਈਜ਼, ਉਹ ਸ਼ੁਰੂ ਕਰ ਦੇਣ ਤੇ ਉਹ ਸਾਰੇ ਜਿਹੜੇ ਮਸਲ ਆ ਉਹ ਸੋਫਟ ਹੋ ਜਾਂਦੇ, ਦਰਦਾਂ ਘੱਟ ਜਾਂਦੀਆਂ। ਉਹ ਬਹੁਤ ਲੋਕਾਂ ਨੂੰ ਤੁਸੀਂ ਜਾ ਕੇ ਜਿੰਮਾਂ ਚ ਦੇਖੋ, ਭਰੀਆਂ ਪਈਆਂ ਜਿੰਮਾਂ, ਇਸ ਵੇਲੇ ਐਕਸਰਸਾਈਜ਼ ਕਰਦੇ ਆ ਬੰਦੇ, ਸਿਆਣੇ ਸਿਆਣੇ ਜ਼ਿਆਦੇ ਆ। ਤੇ ਇੱਕ ਨਾੜਾਂ ਦਾ ਦੱਸਦੇ, ਕਹਿੰਦੇ ਨਾੜਾਂ ਦਾ ਉਹ ਵੀ ਇੱਕ ਹੈਗਾ ਮੈਨੂੰ, ਜਿੱਦਾਂ ਜਿਹੜੀ ਦਾਲ ਛਿੱਲਾਂ ਵਾਲੀ ਨਾ, ਉਹ ਨਾ ਰਾਤ ਨੂੰ ਖਾਓ। ਅੱਛਾ, ਜਿਹੜੀ ਪ੍ਰੋਟੀਨ ਵਗੈਰਾ ਚੀਜ਼ਾਂ ਨਾ, ਇਹ ਰਾਤ ਨੂੰ ਨਾ ਲਓ, ਫਿਰ ਉਹਨਾਂ ਨਾੜਾਂ ਖਿੱਚਦੀਆਂ। ਠੀਕ ਹੈ। ਬਹੁਤ ਦੇਰ ਦਾ ਦੱਸਿਆ ਜਾ ਰਿਹਾ ਹੈ ਤਾਂ, ਪਹਿਲਾਂ ਨਹੀਂ ਦੱਸਿਆ ਹੋਇਆ ਕਿਸੇ ਨੇ, ਤੇ ਮੈਂ ਸਿਰਫ ਦੇਖ ਕੇ ਦੱਸਿਆ ਮਿਲਦੀ ਕਿਤੇ, ਤੇ ਸਾਈਡ ਇਫੈਕਟ ਤਾਂ ਹੈਗੇ ਆ ਕਿਉਂਕਿ ਹਿਡਨ ਡਰੱਗ ਆ, ਮੈਂ ਤੁਹਾਨੂੰ ਦੱਸਿਆ। ਹਾਂਜੀ ਹਾਂਜੀ ਹਾਂਜੀ, ਹਿਡਨ ਡਰੱਗ ਅਮਰੂਡ ਬਾਈ FDA, ਇਹ ਕੋਈ ਵਿਟਾਮਿਨ ਨਹੀਂ ਹੈ, ਇੱਕ ਡਰੱਗ, ਇੱਕ ਤਰੀਕੇ ਦੀ ਡਰੱਗ ਹੀ ਹੈ। ਤੇ ਬਾਕੀ ਉਹ ਜਿਹੜੇ ਹੈਗਾ ਜਿਨ੍ਹਾਂ ਦੇ ਦਰਦਾਂ ਹੁੰਦੀਆਂ, ਉਹ ਸਟਿੰਗਿੰਗ ਨੈਟਲ ਦੇ ਜਿਹੜੇ ਕੈਪਸੂਲ ਹੁੰਦੇ ਆ, ਹਰਬ ਆ ਇਹ, ਇਹ ਲੈ ਸਕਦੇ ਆ, ਵਿਟਾਮਿਨ ਸ਼ੋਪ ਵੀ ਤਾਂ ਮਿਲਦੇ ਆ, ਇਹ ਦਰਦਾਂ ਲਈ ਵੀ ਠੀਕ ਆ। STINGING, ਸਟਿੰਗਿੰਗ ਨੈਟਲ, NETTLE, ਮੈਂ ਅੱਗੇ ਵੀ ਦੱਸਿਆ ਸੀ, ਸ਼ੂਗਰ ਲਈ ਵੀ ਵਧੀਆ, ਜੋੜਾਂ ਦੇ ਦਰਦ ਲਈ ਵੀ ਵਧੀਆ, ਮੇਰੇ ਕੋਲ ਹੈਗਾ, ਮੈਂ ਲਿਆਂਦਾ ਹੋਇਆ ਦਰਦਾਂ ਲਈ। ਤੇ ਦੂਸਰਾ ਜਿਹੜੇ ਮੈਂ ਤੇ ਦੰਦਾਂ ਲਈ ਵੀ ਵਰਤਿਆ, ਪਤਾ ਨੀ ਮੇਰੇ ਤਾਂ ਜੜ ਬਹੁਤ ਹਲਦੀ ਸੀ, ਪਤਾ ਨੀ ਇਹਦੇ ਨਾਲ ਠੀਕ ਹੋ ਗਈ, ਹੋਰ ਵੀ ਕਈ ਕੁਛ ਕੀਤਾ, ਮੇਰੇ ਤਾਂ ਜੜ ਹਟ ਗਈ, ਮੈਂ ਕਿਹਾ ਜੀ ਕਢਾਉਣੀ ਪਊਗੀ। ਕਾਹਦੇ ਨਾਲ ਹਟੀ? ਇਹ ਸਟਿੰਗਿੰਗ ਨੈਟਲ। ਅੱਛਾ, ਸਟਿੰਗਿੰਗ ਨੈਟਲ, ਠੀਕ ਹੈ ਠੀਕ ਹੈ। ਇਹ ਲੈਣੀ ਆ ਕਿ ਕਲਕੇਰੀਆ ਫਲੋਰ, ਉਹ ਲੈਣੀ ਆ ਮੈਂ। ਅੱਛਾ, ਤੇ ਇੱਕ ਦਿਨ ਉਹ ਲੈ ਲੈਣੀ, ਇੱਕ ਦਿਨ ਉਹ ਲੈ ਲੈਣੀ ਆ, ਇਦਾਂ। ਤੇ ਮੈਂ, ਮੇਰੀ ਜਾੜ ਰਹਿੰਦੀ ਸੀ, ਮੈਂ ਕਹਿੰਦੀ ਸੀ ਮੈਨੂੰ ਡਾਕਟਰ ਤੇ ਜਾਣਾ ਪਊ, ਕਢਾਉਣੀ ਪਊ, ਹਟ ਗਈ। ਓ ਅੱਛਾ, ਹਾਂਜੀ, ਇੱਕ ਮਹੀਨੇ ਦੇ ਵਿੱਚ ਵਿੱਚ ਹੀ ਕਰਾਮਾਤ ਹੋ ਗਈ। ਚਲੋ ਵਧੀਆ। ਹਾਂਜੀ, ਤੇ ਬਾਕੀ ਹੈ ਨਾ ਜਿੰਨਾ ਨੂੰ ਬੱਚਾ ਬੋਲਦਾ ਵੀ, ਉਹ ਜਿਹੜੇ ਬੱਚੇ ਪਹਿਲਾਂ ਵੀ ਕਹਿ ਕੇ ਹਟੇ ਆ ਵੀ ਕੋਨਸਟ੍ਰੇਟ ਘੱਟ ਕਰਦੇ ਆ, ਜੇ ਬੋਲਦੇ ਨੀ ਜਾਂ ਦਿਮਾਗ ਥੋੜਾ ਜਿਹਾ ਘੱਟ ਆ, ਉੱਥੇ ਮੈਂ ਇੰਡੀਆ ਵੀ ਬੱਚਿਆਂ ਨੂੰ ਬਹੁਤ ਨੂੰ ਦੱਸਿਆ ਸੀ, ਇਹ ਸੰਖ ਪੁਸ਼ਪੀ, ਇਹ ਸੀਰਪ ਹੁੰਦਾ ਵਾ, ਇਹ ਨਾ ਪੀਣ ਵਾਲੀ, ਤੇ ਇਹ ਮਿੱਠੀ ਹੁੰਦੀ ਆ, ਬੱਚੇ ਪੀ ਵੀ ਲੈਣਗੇ, ਇਹਦਾ ਇਹਦਾ ਕੋਈ ਟੇਸਟ ਬੁਰਾ ਨੀ ਹੈ, ਮਿੱਠੀ ਹੁੰਦੀ ਆ ਉਹ, ਤੇ ਉਹ ਉਹ ਪਿਲਾਉਣ, ਉਹ ਬਹੁਤ ਉਹਦੇ ਨਾਲ ਬਹੁਤ ਵਧੀਆ ਐਕਟਿਵ ਹੋ ਜੀ ਜਾਂਦੀ ਬੱਚਾ। ਠੀਕ ਆ ਜੀ। ਹਾਂਜੀ, ਚਲੋ ਜੀ, ਅਸ਼ਵਗੰਧਾ ਨਹੀਂ ਦੇਣਾ ਚਾਹੁੰਦੇ, ਤੇ ਇਹ ਇਹ ਦੇ ਦੇਣੇ, ਮਿੱਠੀ ਵੀ ਹੁੰਦੀ ਆ ਸੰਖ ਪੁਸ਼ਪੀ। ਤੇ ਬਾਕੀ ਜਿਹੜਾ ਨਾ ਆਹ ਜਿਨ੍ਹਾਂ ਨੇ ਪੁੱਛਿਆ ਜਿਨ੍ਹਾਂ ਦਾ ਮਾਸ ਫਟਿਆ ਵਾ, ਇਹ ਨਾ ਜਿਹੜੇ ਘਿਓ ਹੁੰਦਾ ਵਾ, ਘਿਓ ਦੇ ਵਿੱਚ ਉਹ ਡਲੀ ਥੋੜੀ ਜਿਹੀ ਫੜਕੜੀ ਦੀ ਸੱਟ ਲੈਣ, ਸਾਰਤ ਕੋਈ, ਉਹਨੂੰ ਓਦਾਂ ਹੀ ਰਿੰਨ ਲੈਣ, ਉਹਨੂੰ ਘਿਓ ਨੂੰ, ਉਹ ਫੜਕੜੀ ਨੂੰ, ਉਹ ਘਿਓ ਮਲਣ। ਤੇ ਹਾਂਜੀ, ਜਿਨ੍ਹਾਂ ਦਾ ਫੈਂਸੀਆਂ ਹੁੰਦੀਆਂ ਉਹ ਵੀ ਇਹ ਲਾ ਸਕਦੇ ਆ। ਤੇ ਕਿਸੇ ਨੇ ਉੱਥੇ ਇੰਡੀਆ, ਉਹਨੂੰ ਉਹ ਕਹਿੰਦੀ ਮੈਨੂੰ ਆਂਟੀ ਸਟੀਮ ਤਾਂ ਕਰਨੀ ਨੀ ਆਉਂਦੀ, ਤੂੰ ਮੈਨੂੰ ਦੱਸਿਆ ਸੀ ਸਟੀਮ ਕਰਨਾ, ਤੇ ਕਹਿੰਦੀ ਮੇਰੇ ਕੋਲ ਸਟੀਮ ਤਾਂ ਹੋਈ ਨੀ, ਕਹਿੰਦੀ ਮੈਂ ਓਦਾਂ ਹੀ ਘਿਓ ਦੇ ਵਿੱਚ ਕਹਿੰਦੀ ਸੱਟ ਲਈ, ਤੇ ਕਹਿੰਦੀ ਉਹ ਫਿਰ ਮੈਂ ਡਲੀ ਕੱਢਤੀ, ਉਸੇ ਘਿਓ ਚ ਉਹਨੇ ਕਹਿੰਦੀ ਪਨੀਰੀ ਬਣਾਈ, ਮੇਰੀਆਂ ਮੂੰਹ ਦੀਆਂ ਫੈਂਸੀਆਂ ਹਟ ਗਈ। ਅੱਛਾ, ਹਾਂਜੀ, ਜਿਗਾੜ ਲਾ ਲਿਆ ਉਹਨੇ, ਸਟੀਮ ਕਰਕੇ ਦੱਸਿਆ ਸੀ, ਉਹ ਕਹਿੰਦੀ ਮੇਰੇ ਕੋਲ ਸਟੀਮ ਮੈਨੂੰ ਕਰਨੀ ਨੀ ਆਈ, ਮੈਂ ਤਾਂ ਇੱਦਾਂ ਹੀ ਕਰ ਲਿਆ, ਜਿਗਾੜ ਲਾ ਲਿਆ, ਵਧੀਆ ਰਹਿ ਗਈ। ਹਾਂਜੀ, ਜਗਾੜ ਲਾ ਲਿਆ। ਬਾਕੀ ਇੱਕ ਜਿਹੜਾ ਮੈਂ ਉਹਦੇ ਆਪ ਦੇਖਿਆ ਫੇਸ ਉਹਦਾ, ਕਹਿੰਦੀ ਲੈ ਮੇਰਾ ਫੇਸ ਹੁਣ ਸਾਫ਼ ਆ, ਤੇ ਤੂੰ ਮੈਨੂੰ ਜਦੋਂ ਆਈ ਸੀ ਦੱਸਿਆ ਸੀ, ਕਹਿੰਦੀ ਤੂੰ ਕਿਹਾ ਸੀ ਮੈਂ ਬਣਾਉਣ ਹੀ ਦੱਸੂਗੀ, ਕਹਿੰਦੀ ਤੇਰੇ ਕੋਲ ਟਾਈਮ ਨੀ ਲੱਗਾ, ਮੈਂ ਫਿਰ ਇੱਦਾਂ ਹੀ ਕਰ ਲਿਆ। ਉਹ ਇੱਕ ਹੋਰ ਆ ਜਿਹੜੇ ਬਦਾਮ ਲੈ ਲੈਣੇ ਇੱਕ ਮੁੱਠੀ, ਇੱਕ ਚਮਚਾ ਕਾਲੀਆਂ ਮਿਰਚਾਂ ਦਾ ਲੈ ਲੈਣਾ, ਜਿਹੜਾ ਵੱਡਾ ਹੁੰਦਾ ਵਾ ਚਮਚਾ,
ਅੱਧਾ ਜਿਹੜਾ ਛੋਟਾ ਚਮਚਾ ਹੁੰਦਾ ਵਾ ਇਹਦਾ ਪਾਊਡਰ ਲੈ ਲਓ, ਨਿੰਮ ਦੇ ਪੱਤਿਆਂ ਇਹਦਾ ਚਾਹ ਪਾਊਡਰ ਬਣਾ ਲਓ ਆਪ ਲਿਆ ਕੇ, ਚਾਹੇ ਜੇ ਤੁਹਾਨੂੰ ਨਹੀਂ ਮਿਲਦਾ ਤਾਂ ਬਣਿਆ ਬਣਾ ਲੈ ਲਓ। ਉਹ ਨਾ ਤੁਸੀਂ ਇਹਨੂੰ ਘਿਓ ਦੇ ਵਿੱਚ ਕਾਲੀਆਂ ਮਿਰਚਾਂ ਨੂੰ ਤੇ ਬਦਾਮ ਨੂੰ ਰੋਸਟ ਕਰਨਾ ਵਾ, ਹਾਂਜੀ ਰੋਸਟ ਕਰਕੇ ਦੇਸੀ ਘਿਓ ਚ, ਤੇ ਫਿਰ ਉਹਨੂੰ ਦੈੜ ਫੈੜ ਕਰ ਲੈਣਾ ਕੁੱਟ ਲੈਣਾ, ਫਿਰ ਉਹਦੇ ਵਿੱਚ ਨਿੰਮ ਦੇ ਪੱਤੇ ਤੁਸੀਂ ਮਿਲਾ ਲੈਣੇ ਆ, ਚਾਹੇ ਪਾਊਡਰ ਆ ਜੇ ਤਾਂ ਵੀ ਜੇ ਪੱਤਿਆਂ ਦਾ ਤਾਂ ਵੀ ਪਾਊਡਰ ਬਣਾ ਲੈਣਾ, ਉਹ ਤੁਸੀਂ ਖਾ ਲਓ ਕਿ ਉਹ ਥੋੜਾ ਜ਼ਿਆਦਾ ਪਾ ਲਓ ਕਿਉਂਕਿ ਨਿੰਮ ਖੁਸ਼ਕ ਹੁੰਦੀ ਹੈ, ਤੇ ਹਾਂਜੀ ਉਹ ਤੁਸੀਂ ਇਸ ਤਰ੍ਹਾਂ ਹੀ ਖਾ ਲਓ ਤੇ ਉਹਦੇ ਨਾਲ ਤੁਹਾਡੇ ਨਾ ਜਿਹੜੇ ਆਹ ਫੈਲਸੀਆਂ ਵਾ ਉਹ ਹਟ ਜਾਂਦੀਆਂ, ਤੇ ਬਾਕੀ ਆ ਫੜਕੜੀ ਵਾਲਾ ਘਿਓ ਵੀ ਲਾ ਸਕਦੇ ਆ। ਤੇ ਇੱਕ ਆ ਜਿਹਨਾਂ ਨੇ ਤੇਜ਼ਾਬ ਤਾਂ ਪੁੱਛਿਆ ਉਹ ਆਹ ਚਾਰ ਆਲੂ ਬੁਖਾਰੇ ਮੈਂ ਦੱਸਿਆ ਸੀ, ਦੋ ਇਮਲੀ ਦੇ ਬੀਜ, ਅੱਧਾ ਚਮਚਾ ਅਨਾਰਦਾਨਾ ਤੇ ਅੱਧਾ ਚਮਚਾ ਸੁੱਕਾ ਧਨੀਆ, 15 ਪੱਤੇ ਪੁਦੀਨੇ ਦੇ, ਇੱਕ ਹਰੀ ਇਲਾਇਚੀ, ਤੇ ਮਿਸਰੀ ਜੇ ਸ਼ੂਗਰ ਹੈਗੀ ਆ ਤਾਂ ਪਾ ਲੈਣਾ, ਜੇ ਨਹੀਂ ਆ ਨਾ ਸ਼ੂਗਰ ਹੈਗੀ ਆ ਨਾ ਪਾਉਣ, ਜੇ ਸ਼ੂਗਰ ਨਹੀਂ ਹੈਗੀ ਫਿਰ ਮਿਸਰੀ ਪਾ ਲੈਣਾ, ਇਹ ਗਲਾਸ ਦੇ ਵਿੱਚ ਭਿਉਂ ਦੇਣਾ ਸਵੇਰ ਨੂੰ, ਉਹਨਾਂ ਦੇ ਜਿਹਨਾਂ ਦੇ ਆਲੂ ਬੁਖਾਰੇ ਦੇ ਵੀ ਕੱਢ ਦੇਣੇ ਆ ਸੁੱਕੇ ਦੇ ਤੇ ਇਮਲੀ ਦੇ ਵੀ ਕੱਢ ਦੇਣੇ ਆ, ਤੇ ਬਾਕੀਆਂ ਨੂੰ ਉਹਨੂੰ ਪੀ ਲੈਣਾ, ਮਿਸਰੀ ਤਾਂ ਵਿੱਚੇ ਖੁਰ ਜਾਣੀ ਆ, ਉਹਨੂੰ ਗ੍ਰਾਇੰਡ ਕਰ ਲੈਣਾ, ਉਹ ਗ੍ਰਾਇੰਡ ਕਰਕੇ ਉਹ ਪਾਣੀ ਪੀ ਲੈਣਾ, ਸੱਤ ਦਿਨ ਇਹ ਹਾਂਜੀ 7 ਦਿਨ ਪਾਣੀ ਪੀ ਲੈਣਾ, ਅੱਧਾ ਘੰਟਾ ਪਾਉਣਾ ਕੋਸ਼ਿਸ਼ ਕਰਨ ਵੀ ਨਾ ਕੁਛ ਖਾਣ, ਉਹ ਤੋਂ ਬਾਅਦ ਖਾਣ, ਤੇ ਇਹ 7 ਦਿਨ ਪੀਣਾ ਵਾ ਜਾਂ ਗਰਮੀਆਂ ਦੀ ਰੁੱਤ 'ਚ ਪੀਣਾ, ਜੇ ਇਹਨਾਂ ਨੂੰ ਲੱਗਦਾ ਹੈ ਵੀ ਹਜੇ ਵੀ ਹੋਰ ਵੀ ਲੋੜ ਹੈਗੀ ਆ ਫਿਰ ਇੱਕ ਹਫ਼ਤਾ ਹੋਰ ਪੀ ਲੈਣ, ਇੱਕ ਹਫ਼ਤਾ ਪੀ ਲੈਣ, ਠੀਕ ਹੈ ਜੀ। ਹਾਂਜੀ ਜਿਹਨਾਂ ਨੂੰ ਜਿਹਨਾਂ ਦਾ ਪਿਸ਼ਾਬ ਪੀਲਾ ਆਉਂਦਾ, ਆ ਚਾਰ ਆਲੂ ਬੁਖਾਰੇ ਲੈ ਲੈਣ ਸੁੱਕੇ, ਦੋ ਇਮਲੀ ਦੇ ਬੀ ਲੈ ਲੈਣ, ਇਹ ਭਿਉਂ ਕੇ ਜੇ ਪੀ ਲਿਆ ਕਰਨ, ਜੇ ਮਿਸਰੀ ਸ਼ੂਗਰ ਨਹੀਂ ਹੈਗੀ ਤਾਂ ਮਿਸਰੀ ਪਾ ਲਿਆ ਕਰਨ, ਨਾ ਮਿਸਰੀ ਪਾ ਲਿਆ ਕਰਨ, ਉਹ ਭਿਉਂ ਕੇ ਪੀ ਲਿਆ ਕਰਨ। ਬਾਕੀ ਤੁੱਕ ਮਲੰਗਾ ਜਿਹੜਾ ਹੁੰਦਾ ਵਾ ਇਹ ਇੱਕ ਚਮਚਾ ਭਿਉਂ ਦਿਓ ਤੁਸੀਂ, ਇਹ ਦੁੱਧ 'ਚ ਪਾ ਕੇ ਸਵੇਰ ਨੂੰ ਪੀ ਲਓ, ਇਹਦੇ ਨਾਲ ਆਹ ਤੁਹਾਡੇ ਜਿਹਨਾਂ ਦੇ ਜਲਣ ਹੁੰਦੀ ਇਹ ਵੀ ਹਟ ਜੂ, ਪੀਲਾ ਪਿਸ਼ਾਬ ਹੁੰਦਾ ਇਹ ਵੀ ਹਟ ਜੂ, ਇਹਨੂੰ ਪੰਜਾਬੀ 'ਚ ਆਪਣੇ ਸਬਜ਼ਾ ਸੀੜ ਕਹਿੰਦੇ ਆ, ਇਹ ਪਾਕਿਸਤਾਨੀ ਆਪਣੇ ਤੁੱਕ ਮਲੰਗਾ ਕਹਿੰਦੇ, ਇਹ ਜਿਹੜੇ ਜਦੋਂ ਆ ਰੋਜੇ ਹੁੰਦੇ ਆ ਇਹਨਾਂ ਦੇ ਇਹ ਸਪੈਸ਼ਲ ਪੀਂਦੇ ਆ, ਕਿਉਂਕਿ ਉਹਦੇ ਨਾਲ ਪਿਆਸ ਨਹੀਂ ਲੱਗਦੀ, ਉਹ ਠੰਡਾ ਹੁੰਦਾ। ਹਾਂਜੀ ਹਾਂਜੀ ਮੇਰਾ ਮੈਂ ਰੱਖਿਆ ਮੈਂ ਪੀਨੀ ਆ, ਠੀਕ ਹੈ ਜੀ, ਓਕੇ ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਦੁਆਰਾ ਜੇ ਕੋਈ ਹੋਇਆ ਫਿਰ ਆ ਜਾਇਆ, 408-272-5250 ਸਟੂਡੀਓ ਦਾ ਫੋਨ ਨੰਬਰ ਆ, ਜਿਹਨਾਂ ਨੇ ਕੁਛ ਪੁੱਛਣਾ ਆ ਦੱਸਣਾ ਆ ਤੁਸੀਂ ਕਾਲ ਕਰ ਸਕਦੇ ਆ, ਪੁੱਛ ਦੱਸ ਸਕਦੇ ਆ। ਪਰ ਹੁਣ ਵਿੱਚ ਹੀ ਇੱਕ ਬ੍ਰੇਕ ਦਾ ਟਾਈਮ ਆ ਗਿਆ, ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ, ਅਤੇ ਜੇ ਕਿਸੇ ਨੇ ਹਜੇ ਪੁੱਛਣਾ ਦੱਸਣਾ ਤਾਂ ਤੁਸੀਂ ਕਾਲ ਕਰ ਸਕਦੇ ਹਾਂ, ਉਹਨੇ ਇੱਕ ਬ੍ਰੇਕ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੁਆਸੇ ਦੇ ਨਾਲ, ਅਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਜੋ ਘਰ ਦੇ ਵਿੱਚ ਆਮ ਚੀਜ਼ਾਂ ਅਸੀਂ ਵਰਤਦੇ ਹਾਂ, ਘਰ ਦੇ ਵਿੱਚ ਪਈਆਂ ਹੁੰਦੀਆਂ ਆ, ਉਹਨਾਂ ਦੀ ਗੱਲ ਕਰਦੇ ਹਾਂ। ਉਹ ਤੁਸੀਂ ਦੱਸ ਸਕਦੇ ਹਾਂ, ਜਦੋਂ ਤੁਸੀਂ ਵਰਤੀਆਂ ਹੁੰਦੀਆਂ ਤਾਂ ਵੀ ਤੁਸੀਂ ਦੱਸ ਸਕਦੇ ਹਾਂ, ਉਹਨਾਂ ਦੀ ਫੀਡਬੈਕ ਵੀ ਦੇ ਸਕਦੇ ਹਾਂ, ਅਤੇ ਜਿਨ੍ਹਾਂ ਦੀਆਂ ਲਾਈਨਾਂ ਛੁੱਟੀਆਂ ਦੁਆਰਾ ਆਣ ਕੇ ਦੱਸ ਸਕਦੇ ਹਾਂ। 408-272-5250 ਸਟੂਡੀਓ ਦਾ ਫੋਨ ਨੰਬਰ ਆ, ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹਾਂ। ਅਗਲੇ ਸਾਡੇ ਕਾਲਰ ਨੇ ਬਲਦੇਵ ਕੌਰ ਜੀ, ਸਤਿ ਸ਼੍ਰੀ ਅਕਾਲ ਬਲਦੇਵ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਭੈਣ ਜੀ ਕਹਿੰਦੇ ਸਨ ਮੇਰੀ ਧਰਨ ਦਾ, ਉਹ ਨਾ ਸਵੇਰ ਨੂੰ ਬਿੰਨਾ ਬਣਾ ਕੇ ਤੌਲੀਏ ਦਾ ਜਾਂ ਕਿਸੇ ਵੀ ਚੀਜ਼ ਦਾ ਉਹ ਧਰਨ ਆਪਣੀ ਧੁੰਨੀ 'ਤੇ ਰੱਖਣ, ਤੇ ਲੱਤਾਂ ਪਿੱਛੇ ਨੂੰ 2-4 ਵਾਰੀ ਮੋੜਨੀਆਂ ਆ, ਥੋੜ੍ਹਾ ਥੋੜ੍ਹਾ ਚਿਰ ਮੋੜ ਕੇ ਫਿਰ ਸਿੱਧੀਆਂ ਕਰ ਲੈਣੀਆਂ, ਉਹਨਾਂ ਬਿਲਕੁਲ ਠੀਕ ਹੋ ਜਾਂਦਾ। ਤੇ ਦੂਜਾ ਉਹ ਕੌਲੀ 'ਤੇ ਵੀ ਬਹਿ ਸਕਦੇ ਆ। ਅੱਛਾ, ਉਹਦੇ ਨਾਲ ਵੀ ਠੀਕ ਹੋ ਜਾਂਦਾ? ਹਾਂਜੀ, ਉਹਨਾਂ ਫਿਰ ਜਿੱਦਾਂ ਬੈਠ ਤਾਂ ਚੱਕ ਹੋ ਜਾਂਦੀ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਤੇ ਪਰ ਜ਼ਿਆਦਾ ਕਰਕੇ ਜਿਹੜਾ ਧੁੰਨੀ ਤੇ ਬਿੰਨਾ ਰੱਖ ਕੇ ਹੈ ਨਾ ਪਿੱਛੇ ਨੂੰ ਲੱਤਾਂ ਮੋੜਨੀਆਂ, ਉਹ ਜਾਣੀ ਚਿਤੜਾਂ ਨਾਲ ਲਾਉਣੀਆਂ, ਉਹਦੇ ਨਾਲ ਫਿਰ ਉਹ ਸਹੀ ਹੋ ਜਾਂਦੀ ਆ। ਠੀਕ ਹੈ। ਤੇ ਜਿਹੜੇ ਕਹਿੰਦੇ ਆ ਲੂਣ, ਉਹ ਪਿੰਕ ਲੂਣ ਵੀ ਉਹੋ ਹੀ ਆ, ਸੇਂਦਾ ਲੂਣ ਵੀ ਉਹੋ ਹੀ ਆ, ਪਾਕਿਸਤਾਨੀ ਲੂਣ ਵੀ ਉਹੋ ਹੀ ਆ, ਰੰਗ ਤੇ ਇਦਾਂ ਦਾ ਹੁੰਦਾ। ਹਾਂਜੀ, ਉਹ ਜਿੱਦਾਂ ਸੇਂਦਾ ਤਾਂ ਕਹਿ ਦਿੰਦੇ, ਉਹ ਸੇਂਦ ਦੇ ਵਿੱਚ ਆ ਪਹਾੜੀਆਂ ਦਾ ਲੂਣ। ਠੀਕ ਠੀਕ ਠੀਕ। ਤੇ ਉਹ ਪਹਾੜੀ ਲੂਣ ਆ। ਇੱਕ ਵਾਰੀ ਵੀਰ ਇੱਕ ਕਹਿੰਦਾ ਸੀ ਉਹਦੇ ਵਿੱਚ ਪੱਥਰ ਹੁੰਦਾ, ਪੱਥਰ ਤਾਂ ਥੋੜਾ ਬਹੁਤ ਹੁੰਦਾ ਆ, ਉਹ ਪਿੰਕ ਵਾਲੇ ਚ ਹੁੰਦਾ। ਹਾਂਜੀ ਹਾਂਜੀ। ਜੇ ਉਹਨਾਂ ਨੂੰ ਏਦਾਂ ਲੱਗਦਾ ਤੇ ਜਦੋਂ ਸਬਜ਼ੀ ਬਣਾਉਣ ਲੱਗ ਜਾ 2 ਮਿੰਟ ਪਹਿਲਾਂ ਪਾਣੀ ਚ ਪਾ ਕੇ ਘੋਲ ਲਿਆ ਕਰਨ, ਉਹ ਫਿਰ ਥੱਲੇ ਬਹਿ ਜਾਂਦੇ ਤਾਂ ਪਾਣੀ ਪਾ ਲਵੇ। ਠੀਕ ਹੈ ਜੀ, ਥੈਂਕ ਯੂ ਜੀ, ਵਧੀਆ ਵਧੀਆ ਜਗਾੜ ਆ, ਥੈਂਕ ਯੂ। ਜਗਾੜ ਲਾਉਣਾ ਪੈਂਦਾ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਬਲਦੇਵ ਕੌਰ ਜੀ, ਬਹੁਤ ਧੰਨਵਾਦ ਜੀ। ਮੁਖਤਿਆਰ ਕੌਰ ਜੀ,
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਬਲਵਿੰਦਰ। ਸਤਿ ਸ੍ਰੀ ਅਕਾਲ। ਮੈਂ ਤੇ ਇਹ ਦੱਸਣਾ ਸੀ ਕਿਸੇ ਨੂੰ ਵੀ ਨੀਂਦ ਬਹੁਤ ਆਉਂਦੀ ਆ। ਹਾਂਜੀ ਤੇ ਮੇਰੇ ਨਾਲ ਵੀ ਏਦਾਂ ਹੀ ਹੋਈ ਸੀ, ਉਹਨਾਂ ਨੂੰ ਆਇਰਨ ਦੀ ਘਾਟ ਆ। ਆਇਰਨ ਦੀ ਘਾਟ ਆ, ਠੀਕ ਹੈ। ਮੈਂ ਤੇ ਉਹ ਗੋਲੀਆਂ ਮੁੜ ਕੇ ਡਾਕਟਰ ਨੂੰ ਚੈੱਕ ਕਰਾਇਆ ਤੇ ਫੇਰ ਮੈਂ ਉਹ ਖਾਣ ਲੱਗੀ ਤੇ ਫੇਰ ਮੈਂ ਠੀਕ ਹੋ ਗਈ। ਠੀਕ ਹੈ, ਸੁਣਦੇ ਆ ਜ਼ਰੂਰ, ਕੋਈ ਨੈਚੁਰਲ ਚੀਜ਼ਾਂ ਵੀ ਖਾ ਸਕਦੇ ਆ ਆਇਰਨ ਲਈ। ਹਾਂਜੀ ਤੇ ਬਾਕੀ ਮੈਂ ਆਪਣਾ ਪੁੱਛਣਾ ਸੀ, ਮੇਰਾ ਵੀ ਦੱਸਿਓ ਮੇਰੇ ਪਿੱਛੇ ਹੁਣ ਜਿਸ ਤਰ੍ਹਾਂ ਮੈਂ MRI ਕਰਾਈ ਆ ਤੇ ਮੇਰੀ ਉਹ ਹਿੱਡੀ ਹੈ ਉਹ ਜਿਵੇਂ ਬਾਹਾਂ ਦੀਆਂ ਮੇਨ ਹੁੰਦੀਆਂ ਨਾੜਾਂ ਉਹ ਪਿੱਛੇ ਹੋਈਆਂ। ਅੱਛਾ, ਪਿੰਚ ਹੋਈਆਂ। ਹਾਂਜੀ ਠੀਕ ਹੈ ਜੀ। ਚਲੋ ਠੀਕ ਹੈ, ਠੀਕ ਹੈ, ਪੁੱਛਦੇ ਤੁਹਾਡਾ ਵੀ ਨਰਿੰਦਰ ਕੌਰ। ਨਰਿੰਦਰ, ਅਗਲੇ ਕਾਲਰ ਨੇ ਸੁਰਿੰਦਰ। ਹਾਂਜੀ ਭੈਣ ਜੀ, ਮੈਂ ਅੱਗੇ ਪੁੱਛਣੀ ਤੁਹਾਨੂੰ ਨੁਕਤਾ ਤਾਂ ਦੂਜਾ ਹੁਣ ਮੈਂ ਮੈਨੂੰ ਹੋਰ ਭੁੱਲ ਗਿਆ। ਮੇਰੀ ਅੱਡੀਆਂ ਦੇ ਨਾ ਦੋਹਾਂ ਪੈਰਾਂ ਦੇ ਥੱਲਿਓ ਮਾਸ ਉੱਠਦਾ, ਮੈਂ ਥੱਕਿਆ ਮੇਰੇ ਪੈਰ ਨੂੰ ਕੁਛ ਚਿੰਬੜਿਆ ਆ ਤੇ ਜਿੱਦਾਂ ਥੱਲੇ ਪੇਪਰ ਜਿਹਾ ਸੱਟ ਦਿੰਦੇ ਨਿਆਣੀ ਮਾਸ ਪੱਟ ਹੁੰਦਾ, ਜਦ ਮੈਂ ਕੁੜੀ ਨੂੰ ਦਿਖਾ ਲਿਆ ਉਹਨੇ ਇੱਦਾਂ ਕਰਕੇ ਮਾਸ ਖਿੱਚਿਆ ਪੱਟ ਹੋਇਆ ਉੱਡੀ ਮੋਟਾ ਮਾਸ। ਠੀਕ ਆ, ਹਾਂਜੀ ਇਹਦੇ ਬਾਰੇ ਵੀ ਕੋਈ ਕੁਛ ਜ਼ਰੂਰ ਪੁੱਛਦੇ ਆ, ਜ਼ਰੂਰ ਪੁੱਛਦੇ ਆ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਸਾਡੇ ਸੁਰਿੰਦਰ। ਸੁਰਿੰਦਰ ਕੌਰ ਜੀ, ਸੁਰਿੰਦਰ ਕੌਰ ਆ ਜੀ। ਹਾਂਜੀ ਹਾਂਜੀ ਦੱਸੋ ਜੀ। ਉਹ ਮੈਂ ਦੱਸਣਾ ਸੀ ਚਾਸਕੂ ਨੇ, ਚਾਸਕੂ। ਹਾਂਜੀ ਹਾਂਜੀ, ਚਾਸਕੂ ਹੁੰਦਾ ਕੌੜਾ। ਮੈਂ ਬਣਾਉਣੇ ਕਰਦੀ ਆ, ਤੁਹਾਨੂੰ ਕੌੜੇ ਨਹੀਂ ਹੁੰਦੇ ਉਹ। ਅੱਛਾ, ਉਹ ਪਹਿਲਾਂ ਸੁੱਕੇ ਪੁੰਨ ਲੈਣੇ ਆ। ਹਾਂਜੀ, ਕੜਾਈ ਸੁੱਕੇ ਪੁੰਨ ਕੇ ਨਾ ਤੇ ਉਹਨਾਂ ਨੂੰ ਪੀ ਲੈਣਾ। ਹਾਂ, ਪੀ ਕੇ ਪਤੀਰੀ ਰਾ ਕੇ ਰੱਖ ਲੈਣੀ ਆ, ਜਿੰਨੀ ਕੁ ਰਲਾਉਣੀ ਆ ਜਾਣੀ, ਥੋੜੇ ਜੇ ਰਲਾਉਣਾ ਬਾਰੇ ਤਾਂ ਰਲਾਉਣੇ ਆਪਾਂ। ਠੀਕ ਆ, ਪਤਾ ਪਤਾ ਹੀ ਹੁੰਦਾ ਜਾਣੀ, ਠੰਡੀ ਠੰਡੀ ਕਰਕੇ ਵਿੱਚ ਰਲਾਉਣੇ ਆ ਉਹ ਫਿਰ। ਅੱਛਾ, ਜੇ ਗਰਮ ਚ ਰਾੜੀਏ ਫਿਰ ਕੌੜੇ ਵੱਧ ਹੁੰਦੇ ਆ, ਜੇ ਠੰਡੇ ਚ ਰਾਈਏ ਨਾ ਫਿਰ ਨੀ ਕੌੜੇ ਹੁੰਦੇ ਇੰਨੇ। ਠੀਕ ਆ, ਹਾਂ ਉਹ ਥੋੜੇ ਥੋੜੇ ਬੱਚੇ ਨੂੰ ਦੇ, ਉਹ ਚਾਹੇ ਸਿਆਣਾ ਖਾਵੇ ਚਾਹੇ ਨਿਆਣਾ ਖਾਵੇ, ਥੋੜੇ ਸਾਰੀ ਜ਼ਿੰਦਗੀ ਭਰ ਨੀ ਨਿਕਲਦੇ ਬੱਚੇ ਦੇ। ਠੀਕ ਹੈ ਜੀ। ਹਾਂ, ਮੈਂ ਇੱਥੇ ਦੋ ਤਿੰਨਾਂ ਨੂੰ ਖਵਾਏ ਨੇ ਬਣਾ ਕੇ ਤੇ ਗਾਰਡ ਨਿਕਲਦੀ ਏਡੇ ਡੇ ਮੇਰੀ ਪੋਤੀ ਦੇ ਮੂੰਹ ਤੇ ਸੀਗੇ, ਉਹ ਰੀਨੋ ਰਹਿੰਦੀ ਆ, ਜਦੋਂ ਆਈ ਮੈਂ ਮੈਂ ਕਿਹਾ ਲਾਡੀ ਕੀ ਗੱਲ ਆ, ਇੰਨਾ ਮੂੰਹ ਤਾਂ ਭਰਿਆ ਪਿਆ, ਕਹਿੰਦੀ ਪਤਾ ਨੀ ਲੱਗਦਾ ਬੀਬੀ ਕੀ ਗੱਲ ਆ, ਮੈਂ ਭਾਈ ਉਹਨੂੰ ਇੱਥੇ ਬਣਾ ਕੇ ਦਿੱਤੇ ਨੇ ਰੱਸੀ। ਠੀਕ ਆ, ਬਣਾ ਕੇ ਤੇ ਹੁਣ ਆਈ, ਮੂੰਹ ਬਹੁਤ ਸੋਹਣਾ ਸਾਫ਼ ਹੋਇਆ ਪਿਆ ਉਹਦਾ। ਠੀਕ ਹੈ ਜੀ। ਹਾਂ, ਐਂ ਬਣਾਉਣੇ ਆ ਜਾਣੀ ਕਿ ਆਪਾਂ ਗਰਮ ਚ ਪਾ ਲੈਂਦੇ ਹਾਂ ਨਾ। ਹਾਂਜੀ ਹਾਂਜੀ, ਠੰਡੇ ਕਰਕੇ ਪਾਓ। ਹਾਂ, ਠੰਡੇ ਕਰਕੇ ਪਾਓ, ਫਿਰ ਥੋੜੀ ਥੋੜੀ ਖਾਣੀ ਆ, ਪਕੜਾ ਬਾੜੀ ਖਾਣੀ ਆ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਨਾ ਹੀ ਭੁੱਲਾਇਆ ਸੀਗਾ ਇਹਦਾ ਤੇ। ਪਰਮਿੰਦਰ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਨੱਕ ਦੇ ਵਿਚ ਆਲਮੰਡ ਓਇਲ ਜਾਂ ਬਟਰ ਜਿਆਦਾ ਠੀਕ ਹੈ ਤੇ ਦੇਖ ਲਓ, ਪੰਜ ਸਾਲਾਂ ਚ ਮੈਂ ਇੱਕ ਵਾਰੀ ਜਾਣਾ ਪਿਆ ਮੈਨੂੰ ਡਾਕਟਰ ਦੇ, ਰੇਸ਼ਾ ਮਿੱਠਾ ਖਾਣ ਨਾਲ ਰੇਸ਼ਾ ਜ਼ਿਆਦਾ ਹੋ ਗਈ, ਹੋਰ ਕਦੇ ਕੋਈ ਪ੍ਰੋਬਲਮ ਨਹੀਂ ਆਈ। ਤੇ ਜਿੱਦਾਂ ਬਾਲਮਾਰਟ ਚ ਜਿੱਥੇ ਕਿਚਨ ਦਾ ਸਮਾਨ ਪਿਆ ਪਲਾਸਟਿਕ ਦੀਆਂ ਬਾਟਲਾਂ ਖਾਏ ਹੁੰਦੀਆਂ ਕਲੀਅਰ ਦਈਆਂ ਤੇ ਉਹਦੇ ਬੇਮੋਰੇ ਸਟਾਰ ਲੱਗੀ ਹੁੰਦੀ ਆ, ਉਹਦੇ ਵਿੱਚ ਬਟਰ ਪਾ ਕੇ ਰੱਖਿਆ ਤਾਂ ਇੱਕ ਚ ਆਲਮੰਡ ਪਾ ਕੇ ਰੱਖਿਆ, ਦੋ ਕੁ ਹਫ਼ਤਿਆਂ ਬਾਅਦ ਕਦੇ ਆਲਮੰਡ ਪਾ ਲੈਂਦਾ, ਉਹਨੂੰ ਇੰਨਾ ਕੁ ਪਾਉਣਾ ਜਿਹੜਾ ਤੁਹਾਨੂੰ ਕੱਲ ਤੱਕ ਫੀਲ ਹੋਵੇ। ਹਾਂਜੀ ਹਾਂਜੀ। ਤੇ ਹਾਂ, ਤੇ ਕਾਬਜ ਤੋਂ ਪੁੱਛਦੇ ਸੀ, ਉਹ ਵੀ ਇੱਥੇ ਦੱਸਿਆ ਸੀ, ਕਹਿੰਦੇ ਸਭ ਤੋਂ ਬਹੁਤ ਸੌਖਾ ਇਲਾਜ ਜਿਹੜੀਆਂ ਛੋਟੀਆਂ ਆਲੜਾਂ ਨਾ, ਹਾਂਜੀ, ਆਣੇ ਤੋਂ ਬਾਅਦ ਇੱਕ ਮੂੰਹ ਚ ਰੱਖ ਲਾ, ਦੋ ਤਿੰਨਾਂ ਘੰਟਿਆਂ ਬਾਅਦ ਉਹ ਖੁਰ ਜਾਂਦੀ ਆ, ਸਭ ਤੋਂ ਵਧੀਆ ਉਹ ਇਲਾਜ ਆ। ਠੀਕ ਹੈ। ਤੇ ਹਾਂਜੀ, ਜਿਹੜੇ ਕਈ ਕਹਿੰਦੇ ਨਾ ਕਦੇ ਮੋਢਿਆਂ ਚ ਦਰਦ ਹੁੰਦਾ ਕਦੇ ਕਿਤੇ, ਇੱਕ ਤੇ ਦੱਸਿਆ ਸੀ ਦੋ ਕੁ ਸਾਲ ਪਹਿਲਾਂ ਐਕਸਰਸਾਈਜ਼ ਜਿੱਦਾਂ ਅੱਡੀਆਂ ਚੱਕ ਕੇ ਆਪਣੇ ਬਾਂਹ ਜਿੱਦਾਂ ਮੋਹਰ ਨੂੰ ਕਿਸੇ ਚੀਜ਼ ਨਾਲ ਜਿੱਦਾਂ ਉਹ ਦੱਸਦੇ, ਕਹਿੰਦੇ ਫੈਂਸ ਨਾਲ ਲਾ ਕੇ ਇਹ ਤੁਸੀਂ ਅੰਦਰ ਵੀ ਕਰ ਸਕਦੇ ਆ, ਆਪਣੇ ਮੋਢਿਆਂ ਦੇ ਬਰਾਬਰ ਮੋਹਰ ਨੂੰ ਕਰਕੇ ਨਾ ਜਿੱਦਾਂ 10-15 ਗਿਣੋ, ਫਿਰ ਤੁਸੀਂ ਥੋੜੇ 5-7 ਮਿੰਟ ਤੁਰ ਲਓ, ਫਿਰ ਇੱਦਾਂ ਕਰ ਲਓ ਜਿੱਦਾਂ ਕੋਈ ਨੀ ਕਰ ਸਕਦਾ, ਤੇ ਇਹ ਵੀ ਐਕਸਰਸਾਈਜ਼ ਬਹੁਤ ਵਧੀਆ ਆ। ਠੀਕ ਹੈ ਜੀ, ਬਸ ਇਹੀ ਆ ਦੋ ਤਿੰਨ, ਬਾਕੀ ਸਭ ਠੀਕ ਠਾਕ ਆ। ਥੈਂਕ ਯੂ ਜੀ, ਪ੍ਰੋਗਰਾਮ ਬਹੁਤ ਵਧੀਆ ਤੁਹਾਡਾ। ਹਾਂਜੀ, ਥੈਂਕ ਯੂ ਜੀ ਪਰਮਿੰਦਰ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸਤਿ ਸ਼੍ਰੀ ਅਕਾਲ। ਐਡੀ ਐਡੀ ਦੂਰ ਬੈਠੇ ਤੁਸੀਂ ਸੁਣਦੇ ਹੋ, ਨਾਲ ਇਲਾਜ ਵੀ ਦੱਸਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਦਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪ੍ਰੋਬਲਮ ਮੈਨੂੰ ਜਿੱਦਾਂ ਪੈਰਾਂ ਚ ਜਾਂ ਤਲੀਆਂ ਚ ਜਿੱਦਾਂ ਅੱਗ ਨਿਕਲਦੀ ਹੈ ਤੇ ਚੱਕਰ ਬਹੁਤ ਆਉਂਦੇ ਆ, ਇਹਦਾ ਕੋਈ ਇਲਾਜ ਹੋਵੇ? ਇਹ ਤਾਂ ਜਿਹੜੀ ਅੱਗ ਨਿਕਲਦੀ ਆ ਇਹਦਾ ਕੋਈ ਇਲਾਜ ਕਰਨਾ ਪੈਣਾ, ਅਲੱਗ ਬਹੁਤਿਆਂ ਦੇ ਅੱਜ ਕੱਲ ਨਿਕਲਦੀ ਆ। ਹਾਂ,
जोर जोर खबे सजे जा फिर सिर लटका पिछे बेड तो पिछे हां जी ए ओ जेड़ा क्रिस्टल वाटर है ना तोड़े कन्ना दे पिछे ए ओदियां निशानियां है। अच्छा जी हां जी ओ देखदे आ जिन्ने कमेंट च रहंदे आ जे कोई दस दूगा इलाज ते फिर ठीक है। ओके थैंक यू जी। क्या थैंक यू जी। थैंक यू करण। हेलो हां जी सत श्री अकाल जी। सत श्री अकाल। हां जी मैं पहला ता पूछना है किसे बेटी नु है ना ओ 33 तो 36 के सालां दी आ कहंदे ते ओनु ना किडनी दी प्रॉब्लम आ किडनी ओनु चाहिदी आ ਉਹਦਾ ਬਲੱਡ ਗਰੁੱਪ ਜਿੱਦਾਂ ਬੀ ਆ ਜੇ ਕਿਸੇ ਨੂੰ ਕੋਈ ਦਾਨ ਨਹੀਂ ਹੈਗਾ ਤਾਂ ਉਹ ਦੱਸ ਸਕਦਾ ਤੇ ਉਹਨੂੰ ਜ਼ਰੂਰੀ ਚਾਹੀਦੀ ਆ ਤੇ ਦੂਸਰਾ ਮੈਂ ਦੱਸਣ ਲੱਗੀ ਸੀ ਜਿਹੜੀਆਂ ਲੱਤਾਂ ਦੁਖਦੀਆਂ ਉਹ ਫੁੱਲ ਮਖਾਣੇ ਆ ਘੇ ਵਿੱਚ ਚੱਸ ਕੇ ਤੇ ਉਹ ਖਾਣ ਤੇ ਇੱਕ ਕਾਂ ਜਿਹੜੀਆਂ ਕਾਲੀਆਂ ਮੈਂ ਨਿੰਬੂ ਦੇ ਵਿੱਚ 15 ਦਿਨ ਰੱਖ ਕੇ ਉਹ ਖਾਣੀਆਂ ਉਹਨਾਂ ਫਰਕ ਪੈਂਦਾ ਤੇ ਤੀਸਰਾ ਹੈ ਨਾ ਆਪਣੇ ਘਿਓ ਦੀ ਮਸਾਜ ਕਰਨ ਘਿਓ ਦੀ ਜਾਂ ਫਿਰ ਉਹਨੇ ਤੇਲ ਦੀ ਮਸਾਜ ਕਰਨ ਉਹਨਾਂ ਠੀਕ ਹੋ ਜਾਂਦਾ ਤੇ ਜਿਹਨਾਂ ਨੂੰ ਚੱਕਰ ਆਉਂਦੇ ਆ ਉਹ ਵੀ ਆਪਣੇ ਘਿਓ ਵਿੱਚ ਨਾ ਸੌਂਡ ਨੂੰ ਭੁੰਨ ਕੇ ਉਹ ਖਾਣ ਤੋਂ ਠੀਕ ਹੋ ਜਾਊਗਾ ਇੱਕ ਦੇ ਪਿਛਲੇ ਪਾਸੇ ਮਸਾਰੇ ਕਰਨ ਉਹ ਠੀਕ ਹੋ ਜਾਊਗਾ ਤੇ ਇੱਕ ਕਹਿੰਦੇ ਸੀ ਲੱਤਾਂ ਸੋਰੀ ਜਿਹਨਾਂ ਦੇ ਪੈਰ ਫਟੇ ਉਹ ਆ ਨਾ ਉਹ ਫਟਕੜੀ ਦੇ ਪੈਸੇ ਗਰਮ ਪਾਣੀ ਦੇ ਵਿੱਚ ਪਾ ਕੇ ਤੇ ਸਰੋਂ ਦਾ ਤੇਲ ਪਾ ਕੇ ਬੈਠਣ ਉਹਨਾਂ ਠੀਕ ਹੋ ਜਾਊਗਾ ਤੇ ਬੈਕ ਦਰਦ ਵੀ ਠੀਕ ਹੋ ਜਾਊਗੀ ਤੇ ਜਿਹਨਾਂ ਦੇ ਮਣ ਕੇ ਹਿੱਲੇ ਹੋ ਆ ਉਹ ਟੇਬਲ ਦੇ ਉੱਤੇ ਵੀ ਬੈਠ ਸਕਦੇ ਆ ਪੌੜੀਆਂ ਵਿੱਚ ਵੀ ਬੈਠ ਸਕਦੇ ਆ ਅਗਲੇ ਕਾਲਰ ਨੇ ਸਾਡੇ ਗੁਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੇ ਨਾ ਮੂੰਹ ਦੇ ਦੋ ਬੁੱਲਾਂ ਦੇ ਸਾਈਡ ਤੇ ਨਾ ਰਹਿ ਜਾਏ ਹੁੰਦੇ ਸਵੇਰ ਵੇਲੇ ਪਤਾ ਪਰ ਗੱਲ ਕੀ ਉਹਨਾਂ ਨੇ ਇਲਾਜ ਕੀ ਕੀਤਾ ਆ ਉਹ ਦੱਸ ਸਕਦੇ। ਕਮਲੇਸ਼ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਡੀਸਨ ਵੀ ਖਾਧੀ ਆ ਮਾਈਗ੍ਰੇਨ ਦੀ ਜਾਂ ਕੁਛ ਵੀ ਉਹ ਵੀ ਮੈਨੂੰ ਸੈੱਟ ਕੱਲ ਅਸੀਂ ਡਾਕਟਰ ਦੇ ਕਹਿੰਦੇ ਬਲੱਡ ਘੱਟ ਹੈ ਜਿੱਦਾਂ 10 ਗ੍ਰਾਮ ਹੈਗਾ ਬਲੱਡ ਬਟ ਪੇਨ ਹੈਡਿਕ ਤੋਂ ਜੇ ਕਿਸੇ ਨੂੰ ਹੋਰ ਕੋਈ ਰੀਜਨ ਦੀਦਾ ਪਰ ਤੁਸੀਂ ਨਾਲ ਦੀ ਨਾਲ ਆਪਣੇ ਕੋਲੈਸਟਰੋਲ ਦਾ ਖਿਆਲ ਜ਼ਰੂਰ ਰੱਖਿਆ ਕਰੋ। ਬਲੱਡ ਤੁਹਾਡਾ ਘਟਿਆ ਬਲੱਡ ਨੂੰ ਤੁਸੀਂ ਕਈ ਲੋਕ ਚੜਵਾਉਣ ਚਲੇ ਜਾਂਦੇ ਆ ਕੋਸ਼ਿਸ਼ ਕਰੋ ਕਿ ਤੁਸੀਂ ਉੱਦਾਂ ਦੀਆਂ ਚੀਜ਼ਾਂ ਲੈ ਲਓ ਕਿ ਤੁਹਾਡਾ ਬਲੱਡ ਬਣ ਜਾਏ ਤੁਹਾਡੀ ਬੋਡੀ 'ਚ ਹੀ ਬਣ ਜਾਏ। ਬਹੁਤ ਸਾਰੇ ਲੋਕ ਗਾਜਰਾਂ ਦਾ ਜੂਸ ਪੀ ਲੈਂਦੇ ਆ ਅਨਾਰਾਂ ਦਾ ਜੂਸ ਪੀ ਲੈਂਦੇ ਆ ਬਾਕੀ ਹੋਰ ਚੀਜ਼ਾਂ ਬਹੁਤ ਸਾਰੀਆਂ ਖਾਣ ਵਾਲੀਆਂ ਹੁੰਦੀਆਂ ਆ ਐਪਲ ਖਾ ਲੈਂਦੇ ਆ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਇਹੀ ਨਹੀਂ ਇੰਨੀਆਂ ਕੁ ਨਹੀਂ ਹੈਗੀਆਂ ਟਾਈਮ ਨਹੀਂ ਹੈਗਾ ਆਪਾਂ ਕੋਲ ਕਿ ਤੁਹਾਨੂੰ ਪੂਰੀ ਲਿਸਟ ਦੱਸਾਂ ਪਰ ਤੁਸੀਂ ਖੁਦ ਵੀ ਇਸ ਨੂੰ ਉਹਨਾਂ ਚੀਜ਼ਾਂ ਨੂੰ ਦੇਖ ਸਕਦੇ ਵੀ ਬਲੱਡ ਕਾਹਦੇ ਨਾਲ ਬਣਦਾ ਆ ਉਹ ਤੁਸੀਂ ਆਪਣਾ ਬਲੱਡ ਜਿਹੜਾ ਕੁਦਰਤੀ ਹੈ ਬਣਦਾ ਨਾ ਉਹ ਵੀ ਬਣਾਉਣ ਦੀ ਕੋਸ਼ਿਸ਼ ਕਰੋ। ਅੱਜ ਇਹਨਾਂ ਦਾ ਸਿਰ ਦੁਖਦਾ ਆ ਜਾਂ ਕਈ ਵਾਰੀ ਕਿਤੇ ਨਾ ਕਿਤੇ ਦਰਦਾਂ ਵੀ ਹੁੰਦੀਆਂ ਨਾਲ ਦੀ ਨਾਲ ਤੁਸੀਂ ਉਹ ਵੀ ਜ਼ਰੂਰੀ ਖਿਆਲ ਰੱਖਣਾ ਕਿ ਕੋਲੈਸਟਰੋਲ ਤਾਂ ਨਹੀਂ ਤੁਹਾਨੂੰ ਕਿ ਤੁਹਾਡੀ ਬੋਡੀ ਦੇ ਵਿੱਚ ਜਿਨ੍ਹਾਂ ਦੇ ਬਲੱਡ ਹੈਗਾ ਵੀ ਆ ਉਹ ਠੀਕ ਠਾਕ ਆ ਦੌੜ ਰਿਹਾ ਰਗਾਂ ਦੇ ਵਿੱਚ ਜਾਂ ਮੋਟਾ ਹੋ ਕੇ ਕਿਤੇ ਨਾ ਕਿਤੇ ਉਹ ਜੰਮਿਆ ਖੜ੍ਹਾ ਆ। ਸੋ ਇਹ ਥੋੜ੍ਹੀਆਂ ਥੋੜ੍ਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਆ ਜਿਹੜੀ ਅਲਸੀ ਵਗੈਰਾ ਆ ਉਹ ਲੈਂਦੇ ਰਿਹਾ ਕਰੋ ਉਹਦੇ ਨਾਲ ਵੀ ਇਹ ਹੁੰਦਾ ਆ। ਬਾਕੀ ਜਿਹੜੀਆਂ 4 ਚੀਜ਼ਾਂ ਅਸੀਂ ਨਾ ਨਿੰਬੂ ਅਤੇ ਅਦਰਕ ਅਤੇ ਲਸਣ ਅਤੇ ਵਿਨੇਗਰ ਵਾਲੀਆਂ ਚੀਜ਼ਾਂ ਦੱਸਦੇ ਬਣਾਉਣ ਵਾਲੀਆਂ ਇਹ ਬਣਾ ਕੇ ਵੀ ਰੱਖਿਆ ਕਰੋ। ਜਿਹਨਾਂ ਦੀ ਸਕਿਨ ਦੀ ਪ੍ਰੋਬਲਮ ਆ ਸਕਿਨ ਦੀ ਪ੍ਰੋਬਲਮ ਹੈ ਜਿਹਨਾਂ ਨੂੰ ਉਹ ਤੁਸੀਂ ਕੋਕੋਨਟ ਆਇਲ ਦੇ ਵਿੱਚ ਜ਼ਰੂਰ ਪਾ ਕੇ ਰੱਖਿਆ ਕਰੋ।
ਮੁਸ਼ਕਪੁਰ ਉਹ ਸਾਰੇ ਲਾਇਆ ਕਰੋ। ਬਹੁਤ ਜ਼ਰੂਰੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਲਾਓ, ਤੁਹਾਡੀ ਸਕਿੰਨ ਆ ਜਿਹੜੀ ਸਾਫ਼ ਹੋ ਜਾਊਗੀ, ਤੁਹਾਡਾ ਰੰਗ ਵੀ ਸਾਫ਼ ਹੋਊ। ਕਈ ਵਾਰ ਚਟਾਕ ਪਏ ਹੁੰਦੇ ਆ ਕਿਤੇ ਨਾ ਕਿਤੇ ਬੋਡੀ 'ਤੇ, ਉੱਥੇ ਵੀ ਲਾਓ, ਉਹ ਵੀ ਜਿਹੜਾ ਆ ਚਟਾਕ ਜਿਹਾ ਵੀ ਉਹ ਠੀਕ ਹੋ ਜਾਂਦੇ ਆ ਉਹ। ਅਤੇ ਜੇ ਕਿਤੇ ਤੁਹਾਡੀ ਜਿਹੜੀ ਸਕਿੰਨ ਆ ਕਿਤੇ ਡਾਰਕ ਹੋਈ ਪਈ ਆ ਅਤੇ ਉਹਨੂੰ ਤੁਸੀਂ ਲਾਈਟ ਕਰਨੇ ਆ ਉਹ ਜਿਹੜੇ ਸਪਾਟ ਆ, ਤਾਂ ਵੀ ਤੁਸੀਂ ਉਹ ਲਾ ਸਕਦੇ ਆ, ਉਹਦੇ ਨਾਲ ਵੀ ਫਰਕ ਪੈ ਜਾਂਦਾ। ਅਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਆ ਜੀ, ਅਗਲੇ ਹਫ਼ਤੇ ਆਪਾਂ ਮਿਲਾਂਗੇ ਅਤੇ ਜਗਵੀਰ ਸਿੰਘ ਜੀ ਵੀਰਵਾਰ ਨੂੰ ਹੋਣਗੇ ਸਾਡੇ ਨਾਲ। ਉਹ ਕੁਛ ਇਲਾਜ ਆ ਜਿਹੜੇ ਅੱਜ ਨਹੀਂ ਦੱਸੇ ਗਏ ਅਤੇ ਜਿਹੜੇ ਪੁੱਛੇ ਗਏ ਆ, ਤਾਂ ਬਹੁਤ ਸਾਰੇ ਜਿਹੜੇ ਵਾਧੂ ਇਲਾਜ ਲੈ ਕੇ ਆਉਂਦੇ ਆ ਉਹ, ਅਤੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ